ਪਤਾ ਹੀ ਆ, ਦੱਸ ਦੇ, ਮੈਂ ਤੈਨੂੰ ਦੱਸ ਦੂੰ ਅੰਮ੍ਰਿਤਸਰ ਆਇਆ। ਦੇਖੋ ਬੋਲੋ, ਸਭ ਤੋਂ ਪਹਿਲੀ ਤਾਂ ਗੱਲ ਇਹ ਕਿ ਅਸੀਂ ਹੋਰ ਗੱਲਬਾਤ ਕਰਨ ਤੋਂ ਪਹਿਲਾਂ ਅੱਜ ਜਿਹੜਾ ਸਾਡੇ ਪੱਤਰਕਾਰ ਵੀਰਾਂ ਦੇ ਨਾਲ ਦੋ ਪੱਤਰਕਾਰਾਂ ਦਾ ਮੈਨੂੰ ਪਤਾ ਲੱਗਿਆ ਕਿ ਮਿਸਬਿਹੇਵੀਅਰ ਹੋਇਆ, ਕੁੱਟਮਾਰ ਤੀਕਰ ਗੱਲ ਪਹੁੰਚ ਗਈ। ਅਸੀਂ ਸਾਰੇ ਦੋਨੋਂ ਫੋਰਮਾਂ ਔਰ ਦੋਨੋਂ ਫੋਰਮਾਂ ਦੀਆਂ ਸਾਰੀ ਲੀਡਰਸ਼ਿਪ ਆ, ਅਸੀਂ ਤੁਹਾਡੇ ਤੋਂ ਇਸ ਗੱਲ ਦੀ ਮਾਫ਼ੀ ਮੰਗਦੇ ਹਾਂ ਔਰ ਅਸੀਂ ਉਸ ਪਰਿਵਾਰ ਦੇ ਉਸ ਵੀਰ ਦੇ ਨਾਲ ਹਾਂ, ਸਾਰੇ ਪੱਤਰਕਾਰਾਂ ਦੇ ਨਾਲ ਹਾਂ। ਅੱਗੇ ਤੋਂ ਸਾਡੀ ਕੋਸ਼ਿਸ਼ ਰਹੇਗੀ ਕਿ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਪੱਤਰਕਾਰ ਦੇ ਨਾਲ ਮਿਸਬਿਹੇਵ ਨਾ ਹੋਵੇ। ਇਹ ਸਾਡਾ ਤੁਹਾਡੇ ਨਾਲ ਅਸੀਂ ਛੋਟੀ ਕਰਨ ਤੀਕਰ ਵੀ ਲੈ ਕੇ ਜਾਵਾਂਗੇ, ਕਿਉਂਕਿ ਸਾਨੂੰ ਪਤਾ ਹੈ, ਠੀਕ ਹੈ, ਸਾਡੀ ਪਬਲਿਕ ਨੂੰ ਨਹੀਂ ਪਤਾ, ਸਾਨੂੰ ਪਤਾ ਸਾਡੀ ਆਵਾਜ਼ ਤੁਸੀਂ ਕਿੱਥੋਂ ਤੱਕ ਪਹੁੰਚਾ ਰਹੇ ਹੋ। ਇਸ ਮੋਰਚੇ ਨੂੰ ਜੋ ਹਾਈਟ ਮੇਰੀ ਪ੍ਰੈਸ ਨੇ ਦਿੱਤੀ ਹੈ ਉਹ ਕੋਈ ਬੰਦਾ ਹੋਰ ਦੇ ਨਹੀਂ ਸਕਦਾ, ਔਰ ਉਹ ਤੁਸੀਂ ਬਹੁਤ ਵੱਡਾ ਵੱਧ ਕੇ ਕੰਮ ਕੀਤਾ ਸਾਰਿਆਂ ਨੇ। ਇਹਦੇ ਲਈ ਮੈਂ ਕਹਿੰਦਾ ਜ਼ਿਆਦਾ ਹੋਰ ਗੱਲਬਾਤ ਕਰਨ ਦੀ ਬਜਾਏ ਮੈਂ ਗੱਲਬਾਤ ਆਪਾਂ ਟੀਚੇ ਵੱਲ ਨੂੰ ਵਧੀਏ, ਸੈਟਿਸਫਾਈ ਹੋ ਸਾਰੇ, ਸੋਰੀ ਫੀਲ ਕਰਨ ਦੇ ਉੱਤੇ ਤੁਸੀਂ ਮੈਂ ਕਹਿ ਕੀ ਰਿਹਾ, ਮੈਂ ਇਹ ਕਹਿ ਰਿਹਾ ਕਿ ਜੋ ਤੁਸੀਂ ਕਰ ਰਹੇ ਹੋ ਸੇਵਾ ਮੋਰਚੇ ਦੀ ਸਾਰਿਆਂ ਨੂੰ ਨਹੀਂ ਪਤਾ, ਇਹਨੂੰ ਮੈਂ ਬੇਨਤੀ ਕਰਾਂ ਦੇਖੋ, ਮੈਂ ਕਹਿੰਦਾ ਸੀ ਫਿਰ ਵੀ ਐਗਰੀ ਹਾਂ ਦੇਖੀਏ ਅਸੀਂ, ਤੁਸੀਂ ਗੱਲ ਰੱਖੀ ਹੈ ਨਾ, ਪਹਿਲੀ ਗੱਲ ਦੇ ਵਿੱਚ ਅਸੀਂ ਤੁਹਾਡੇ ਸਾਰੇ ਭਾਈਚਾਰੇ ਤੋਂ ਮਾਫ਼ੀ ਮੰਗੀ ਹੈ, ਮੈਂ ਇਹੀ ਬੇਨਤੀ ਆਪਾਂ ਕਿਵੇਂ ਕਰੀਏ, ਆਪਾਂ ਨੂੰ ਇਹ ਤਰੀਕਾ ਵਰਤੀਏ। ਮੈਂ ਜੇ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਇੱਕ ਤਾਂ ਆਪਾਂ ਨਿਖੜ ਕੇ ਜੇ ਬਣਾਈਏ ਗੱਲ, ਕੋਈ ਜਿਵੇਂ ਤੁਸੀਂ ਸਾਰੇ ਜਰਨਲਿਸਟ ਹੋ, ਤੁਹਾਡਾ ਸਾਰਿਆਂ ਦਾ ਹਰ ਇੱਕ ਬੰਦੇ ਨੂੰ ਨਹੀਂ ਪਤਾ, ਮੈਂ ਤਾਂ ਤੁਹਾਨੂੰ ਇਕੱਲੇ ਇਕੱਲੇ ਨੂੰ ਜਾਣਦਾ ਨਹੀਂ ਬੇਟੇ, ਮੈਂ ਜਿਹੜੀ ਅਰਜ਼ ਕਰਦਾ ਤੁਹਾਡਾ ਸਾਰਿਆਂ ਦਾ, ਇੱਕ ਕੋਈ ਇਹੋ ਜਿਹਾ ਹੋ ਸਕਦਾ ਜਿਵੇਂ ਕਈ ਮੁੰਡਿਆਂ ਦੇ ਕੋਲ ਨਾ ਆਈਡੈਂਟੀ ਕਾਰਡ ਪਾਇਆ ਹੁੰਦਾ ਹੈ, ਨਹੀਂ ਮੈਂ ਇੱਕ ਬੇਨਤੀ ਕਰਾਂ, ਅਸੀਂ ਅੱਜ ਦੇ ਇਹਦੇ ਤੋਂ ਵੀ ਕਹਾਂਗੇ ਗੱਲ ਇਹ ਕਿ ਜਿੰਨਾ ਮੀਡੀਆ ਹੈ, ਸਾਰਾ ਮੀਡੀਆ ਸਾਡੀ ਗੱਲ ਨੂੰ ਬਹੁਤ ਵਧੀਆ ਕਵਰੇਜ ਦੇ ਰਿਹਾ, ਇੱਕ ਵੀ ਚੈਨਲ ਅੱਜ ਤੀਕਰ ਸਾਡੇ ਇੱਥੋਂ ਵਾਲੇ ਮੋਰਚੇ ਦੇ ਖਿਲਾਫ ਨਹੀਂ ਗਿਆ, ਤਾਂ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਤੁਹਾਡੇ ਇੱਥੋਂ ਕਿ ਕੋਈ ਵੀ ਆਦਮੀ ਅਜਿਹਾ ਨਾ ਕਰੇ, ਅਜਿਹਾ ਕਰਨ ਵਾਲੇ ਆਦਮੀਆਂ ਦੀ ਅਸੀਂ ਆਈਡੈਂਟੀਫਾਈ ਵੀ ਕਰਾਂਗੇ ਉਹਨਾਂ ਨੂੰ, ਅਸੀਂ ਜਿੰਨੇ ਆਗੂ ਬੈਠੇ ਅਸੀਂ ਜ਼ਿੰਮੇਵਾਰ ਬੰਦੇ ਬੈਠੇ ਹਾਂ। ਹਾਂਜੀ, ਅਸੀਂ ਜਿੱਥੋਂ ਤੱਕ ਵੀ ਤੁਹਾਨੂੰ ਸੈਟਿਸਫਾਈ ਕਰਨ ਵਾਸਤੇ ਅਸੀਂ ਹਰ ਇੱਕ ਤਰ੍ਹਾਂ ਦਾ ਤੁਹਾਡੇ ਨਾਲ ਕੋਆਪਰੇਟ ਕਰਾਂਗੇ। ਪੁਲਿਸ ਆਫੀਸਰਸ ਨੇ ਕਿਹਾ ਜੀ ਕਿ ਤੁਸੀਂ ਕੰਪਲੇਂਟ ਦਿਓ ਆਪਣੇ ਵੱਲੋਂ, ਆਪਾਂ FIR ਕਰਾਂਗੇ ਇਸ ਤੇ। ਨਹੀਂ, ਮੈਂ ਜਿਹੜੀ ਅਰਜ਼ ਕਰਦਾ, ਆਪਾਂ ਇੱਕ ਪਰਿਵਾਰ ਹਾਂ ਯਾਰ, ਮੈਨੂੰ ਲੱਗਦਾ FIR ਕਰਵਾਉਣ ਤੀਕਰ ਆਪਾਂ ਗੱਲ ਨੂੰ ਲੈ ਕੇ ਜਾਣ ਦੀ ਪਰਿਵਾਰ ਦੇ ਵਿੱਚ ਹੁੰਦਾ ਡਲੇਵਾਲ ਸਾਹਿਬ, ਮੈਂ ਕਹਿੰਦਾ ਬਹੁਤ ਸੰਘਰਸ਼ ਹਲੇ ਉਹਨੇ ਜੈਕਟ ਪਾਈ ਹੋਈ ਸੀ, ਪ੍ਰੈਸ ਦੀ ਜੈਕਟ ਪਾਈ ਹੋਈ ਸੀ, ਕੀ ਹੋਇਆ ਹੈ ਜੈਕਟ ਪਾਈ ਹੋਈ ਸੀ ਉਸ ਮੁੰਡੇ ਨੇ ਅਸੀਂ ਬਿਲਕੁਲ ਤੁਹਾਡੀ ਗੱਲ ਨਾਲ, ਮੈਂ ਫਿਰ ਇੱਕ ਬੇਨਤੀ ਕਰਦਾ ਹਾਂ ਕਿ ਯਾਰ ਇਕੱਲੇ ਨੋਟ ਕਰੋ,
ਕਿ ਅਸੀਂ ਅਸੀਂ ਜਥੇਬੰਦੀਆਂ ਅਸੀਂ ਤੁਹਾਡੇ ਨਾਲ ਉਹਦਾ ਪਰਿਵਾਰ ਦੀ ਜਿਹੜੀ ਤੁਸੀਂ ਗੱਲ ਕੀਤੀ ਵੀ ਉਹਦੇ ਛੋਟੇ ਛੋਟੇ ਬੱਚੇ ਨੇ, ਅਸੀਂ ਸਾਡੀ ਉਹਦੇ ਨਾਲ ਇਕੱਲੀ ਹਮਦਰਦੀ ਨਹੀਂ, ਅਸੀਂ ਹਰ ਤਰ੍ਹਾਂ ਦੀ ਮਦਦ ਵੀ ਕਰਨ ਨੂੰ ਤਿਆਰ ਹਾਂ। ਦੇਖੋ ਇੱਕ ਤਾਂ ਇਹ ਕਲੀਅਰ ਹੈ ਕਿ ਅੱਜ ਲੰਮਾ ਇੱਥੇ ਵਿਚਾਰ ਚਰਚਾ ਸਾਡਾ ਪਹਿਲਾਂ ਤਾਂ ਜ਼ੋਰ ਇਸ ਗੱਲ 'ਤੇ ਲੱਗਿਆ ਹੋਇਆ ਸੀਗਾ ਕਿ ਉਹ ਜਿਹੜਾ ਉੱਥੇ ਹਾਲਾਤ ਬਣਿਆ ਉਹਨੂੰ ਕੰਟਰੋਲ ਕਰੋ। ਉਹਨਾਂ ਵੱਲੋਂ ਦੁਬਾਰਾ ਫਿਰ ਅਸੀਂ ਸ਼ੁਰੂ ਗੱਲ ਹੀ ਇੱਥੋਂ ਹੋਈ ਹੈ ਕਿ ਪਹਿਲਾਂ ਉਹਨੂੰ ਕੰਟਰੋਲ ਕਰੋ ਅਤੇ ਫਿਰ ਆਪਾਂ ਅੱਗੇ ਤੁਰਾਂਗੇ, ਫਿਰ ਮੀਟਿੰਗ ਦੀ ਗੱਲ ਦੀ ਜੇ ਕਰਾਂਗੇ ਆਪਾਂ। ਉਹ ਫਿਰ ਹੋਈ ਜਿਹੜੀ ਉਹ ਮੀਟਿੰਗ ਦੀ ਗੱਲ ਹੋਈ ਉਹਦੇ ਵਿੱਚੋਂ ਇੱਥੇ ਬੈਠਿਆਂ ਬੈਠਿਆਂ ਚਿੱਠੀ ਉਹਨਾਂ ਨੇ ਲੈਟਰ ਮੰਗਾਇਆ, ਉਹ ਕਹਿੰਦੇ ਨੇ ਵੀ ਅਸੀਂ ਲੈਟਰ ਆ ਗਿਆ ਸਾਡੇ ਕੋਲ, ਸਾਨੂੰ ਉੱਥੇ ਕੋਈ ਉਹਨਾਂ ਨੂੰ ਆ ਰਹੀ ਹੋਣੀ ਹੈ ਹਿੱਚ, ਕੇਂਦਰ ਵੱਲੋਂ ਕੇਂਦਰ ਵੱਲੋਂ ਚਿੱਠੀ ਇਹਨਾਂ ਕੋਲ ਆ ਚੁੱਕੀ ਹੈ। ਉਹਦੇ ਕੱਲ੍ਹ ਨੂੰ ਸ਼ਾਮ ਤੱਕ ਉਹਦੀ ਮੀਟਿੰਗ ਦਾ ਟਾਈਮ ਆਪਣਾ, ਕੱਲ੍ਹ ਨੂੰ ਸ਼ਾਮ ਨੂੰ ਉਸੇ ਤਰ੍ਹਾਂ ਹੀ ਉਸੇ ਟਾਈਮ 5 ਵਜੇ ਆਪਣੀ ਮੀਟਿੰਗ ਉੱਥੇ ਹੋਣੀ ਹੈ, ਉਸੇ ਸੇਮ ਜਗ੍ਹਾ ਦੇ ਉੱਤੇ, ਸੇਮ ਜਗ੍ਹਾ ਜਿੱਥੇ ਅੱਗੇ ਹੋਈ ਹੈ ਉੱਥੇ ਹੀ ਆਹ ਮੀਟਿੰਗ ਹੋਏਗੀ। ਔਰ ਇਹਦੇ ਲਈ ਅਸੀਂ ਆਪ ਸਭ ਨੂੰ ਜਿਹੜਾ ਕੱਲ੍ਹ ਤੱਕ ਦਾ, ਕੱਲ੍ਹ ਮੀਟਿੰਗ ਤੱਕ ਦਾ ਅਸੀਂ ਸਾਡੇ ਯੂਥ ਨੂੰ ਵੀ ਸਾਰੇ ਲੀਡਰ ਸਾਹਿਬਾਨ ਰਿਕੁਐਸਟ ਵੀ ਕਰਾਂਗੇ ਕਿ ਹਰ ਇੱਕ ਤਰ੍ਹਾਂ ਦੇ ਨਾਲ ਅਸੀਂ ਕੋਆਪਰੇਸ਼ਨ ਬਣਾ ਕੇ ਇੱਕ ਦੂਜੇ ਦੇ ਨਾਲ ਸਾਂਝ ਬਣਾ ਕੇ ਕੋਸ਼ਿਸ਼ ਕਰੀਏ ਕਿ ਕਿਸੇ ਵੀ ਤਰ੍ਹਾਂ ਦਾ ਅਸੀਂ ਮਾਹੌਲ ਨੂੰ ਖਰਾਬ ਨਾ ਹੋਣ ਦੇਈਏ, ਇਹਨਾਂ ਗੱਲਾਂ ਦਾ ਅਸੀਂ ਧਿਆਨ ਰੱਖੀਏ। ਕੱਲ੍ਹ ਨੂੰ ਮੀਟਿੰਗ ਤੋਂ ਬਾਅਦ ਫਿਰ ਹਾਂ ਦੇਖੀਏ ਜੋ ਆਜ ਮੋਰਚੇ ਮੈਂ ANI ਕੇ ਪੱਤਰਕਾਰ ਮੇਰੇ ਬਹੁਤ ਮਿੱਤਰ ਹੈ ਸਿਕੰਦਰ ਜੀ ਔਰ ਕਰਨ ਸਾਹਿਬ ਕੋ ਵੀ ਮੈਂ ਜਾਣਤਾ ਹੂੰ, ਤੋ ਜੋ ਕੋ ਜੋ ਉਨਕੇ ਸਾਥ ਹੁਆ ਹਮ ਸਭ ਦੋਨੋਂ ਫੌਰਨ ਉਸਕੇ ਲੀਏ ਸੌਰੀ ਫੀਲ ਕਰ ਰਹੇ ਹੈ। ਔਰ ਇੱਕ ਜੋ ਹਮਨੇ ਉਸਕੀ ਬਾਤ ਕੀ ਤੋ ਕਿਆ ਕੈਸੇ ਹੁਆ, ਤੋ ਉਹਨੇ ਜੈਸੇ ਮਾਸਕ ਲਗਾਇਆ ਹੁਆ ਥਾ, ਜੈਕਟ ਪਹਿਨੀ ਹੋਈ ਥੀ, ਤੋ ਸ਼ਾਇਦ ਇਸਕਾ ਵੀ ਲਗਾ ਵੀ ਇਹ ਸ਼ਾਇਦ ਪੁਲਿਸ ਕਰਮੀ ਹੈ। ਠੀਕ ਸਰ, ਠੀਕ ਆ, ਮੈਂ ਮੰਨ ਗਿਆ, ਮੈਂ ਮੰਨ ਗਿਆ। ਨਹੀਂ 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 ਨਹੀਂ, ਮੇਰੀ ਗੱਲ ਸੁਣ ਲਓ, ਠੀਕ ਹੈ, ਨਹੀਂ ਇਹ ਵੀ ਠੀਕ, ਇਹ ਵੀ ਠੀਕ, ਇਹ ਵੀ ਨਹੀਂ ਠੀਕ ਹੈ। ਦੂਸਰਾ ਤੋ ਇਸ ਕਰਕੇ ਇਹ ਜੋ ਹੁਆ ਪਹਿਲੇ ਹਮਨੇ ਕਹਿਲਾ ਵੋ ਠੀਕ ਨਹੀਂ ਹੁਆ, ਔਰ ਹਮ ਇਹ ਸਮਝਤੇ ਵੀ ਜਿਤਨਾ ਬੜਾ ਇਹ ਅੰਦੋਲਨ ਆਜ ਖੜਾ ਹੋ ਗਿਆ, ਜਿਤਨਾ ਬੜਾ ਇਹ ਅੰਦੋਲਨ ਬਣ ਗਿਆ, ਅਬ ਸਰਕਾਰ ਕੀ ਮੰਸ਼ਾ ਇਹ ਹੋਗੀ ਵੀ ਇਸ ਤਰ੍ਹਾਂ ਕੀ ਘਟਨਾ ਹੋ ਔਰ ਇਹ ਅੰਦੋਲਨ ਕਾ ਨੁਕਸਾਨ ਹੋ, ਤੋ ਮੈਂ ਸਭੀ ਜੋ ਵੀ ਹਮਾਰੇ ਇਹ ਪ੍ਰਦੇਸ਼ ਪੰਜਾਬ ਕੇ ਜਾਂ ਦੇਸ਼ ਕੇ ਲੋਕ ਇਸ ਅੰਦੋਲਨ ਮੇਂ ਜੁੜੇ ਹੋਏ ਹੈ, ਸਭੀ ਕੋ ਅਪੀਲ ਕਰੂੰਗਾ ਵੀ ਕਿਰਪਿਆ ਅਬ ਇਸ ਅੰਦੋਲਨ ਕੀ ਰਕਸ਼ਾ ਕਰਨੇ ਕਾ ਸਮੇਂ ਆ ਗਿਆ ਹੈ, ਹਮ ਸਭ ਕੋ ਆਪਣੇ ਅੰਦੋਲਨ ਮੇਂ ਗੌਰ ਸੇ ਦੇਖੇ ਪਹਿਚਾਨੇ, ਔਰ ਅਬ ਯੂਨੀਅਨ ਜੋ ਹੈ ਪੂਰੀ ਆਪਣੀ ਟੀਮੋ ਕੋ ਡਿਊਟੀਆਂ ਲਗਾਏਗੀ ਵੀ ਹਮ ਆਗੇ ਸੇ ਜ਼ਿਆਦਾ ਸਤਰਕ ਹੋ, ਰਾਤ ਮੇਂ ਵੀ ਹੋ, ਦਿਨ ਮੇਂ ਵੀ ਹੋ, ਵੀ ਇਸ ਤਰ੍ਹਾਂ ਕੀ ਘਟਨਾ ਕਿਸੇ ਵੀ ਆਉਣ ਵਾਲੇ ਸਮੇਂ ਮੇਂ ਕਿਸੀ ਪੱਤਰਕਾਰ ਸੇ ਨਾ ਹੋ। ਔਰ ਦੂਸਰੀ ਮੈਂ ਬਾਤ ਬਤਾਨਾ ਚਾਹਤਾ ਹੂੰ, ਚੈਨਲ ਵਾਲਾ ਇਹ ਨਹੀਂ ਦੂਸਰਾ ਸਵਾਲ ਕਰੇਗਾ ਵੀ ਚੈਨਲ ਵਾਲੇ ਕੋ ਪੀਟਣਾ ਚਾਹੀਏ, ਇਹ ਨਹੀਂ, ਇੱਕ ਐਸਾ ਅਦਾਰਾ ਹੈ ਜੋ ਸਭ ਚੈਨਲੋਂ ਕੋ ਆਪਣੀ ਰਿਪੋਰਟ ਭੇਜਤੀ ਹੈ, ਤੋ ਐਸਾ ਨਹੀਂ ਹੈ, ਕੋਈ ਵੀ ਹੋ, ਹਮ ਫਿਰ ਆਪਕੋ ਕਹਤੇ ਹੈ ਵੀ ਹਮ ਹਮ ਕੱਲ੍ਹ ਵੀ ਸਪਸ਼ਟ ਕੀਆ ਥਾ ਵੀ ਜੋ ਆਪਣਾ ਕਿਆ ਕਾਰਪੋਰੇਟ ਹਾਊਸਸ ਹੈ ਜਾਂ ਜੋ ਚੈਨਲ ਕੇ ਮਾਲਿਕ ਹੈ ਉਨਕਾ ਨਜ਼ਰੀਆ ਔਰ ਹੋ ਸਕਦਾ ਹੈ, ਔਰ ਜੋ ਹਮਾਰੇ ਸਮਕਸ਼ ਆਪ ਬੈਠੇ ਆਪ ਲੋਕ ਪੱਤਰਕਾਰ ਕਰਮੀ ਹੈ,
और आप हमारे घरों से हैं, हमारे भाई बंधु हैं, तो किसी पत्रकार से ऐसा करना हमारा जो है मीडिया हाउस है उससे विचारों का बिखरेवा हो सकता, पर मीडिया कर्मी से दुर्व्यवहार करना अच्छा नहीं है। और दूसरी दूसरा मैनू बोलन में दो मिनट बस। देखिए आज सुबह हमने जो कल अनुराग ठाकुर जी ने बोला और इधर से भी कुछ संदेश हमें कल रात मिला था और उसके बाद हमने वार्ता करने का मन बनाया और सबसे पहले हमने दो फोरमों में वार्ता की, बेशक पोजीशनें ठीक नहीं थी, उसके बाद में हमने पूरे आंदोलन के सभी लोगों से वार्ता की कि आज हम बिल्कुल पीसफुली रहेंगे, आगे नहीं बढ़ेंगे, आपने सुना होगा, और उसके फैसला करके लोगों से मैंडेट लिया कि अगर सरकार वार्ता करना चाहती है तो हमें वार्ता करनी चाहिए, आप इजाज़त देते हैं, लोगों ने इस बात की इजाज़त दी। जो मैं बात करना चाहता हूँ, जिस तरह से हमने केंद्र सरकार का नजरिया देखा, आप वहाँ मौजूद थे, मेरे खड़े होते हुए हम बोल रहे थे आगे नहीं जाना, ड्रोन आया और उस ड्रोन ने हमारे ऊपर शेलिंग की, उसका मतलब था भी केंद्र नहीं चाहता भी हम वार्ता के लिए जाएं, और पीसफुल बैठे हुए लोगों को भड़काया गया केंद्र की द्वारा, और हमने देखा 2-3 घंटे हमारे लीडर्स स्टेज से और आगे जाके जुआओं को समझाते रहे, किसी को आगे जाने नहीं दिया, लगातार शेलिंग हमारे ऊपर हुई, केंद्र जानबूझकर हमारे ऊपर बल प्रयोग कर रहा। जब ADGP इंटेलिजेंस हमारे पास पहुंचे, हम इसको खेतों में लेके गए और जब मैंने बोला इंटेलिजेंस को भी मेरा फोन ट्रेस करते हैं, मैं आगे बढ़ूंगा और मेरे पर वार करेंगे, और मेरे खड़े होते हुए रबट की गोली आई और मेरे साथ ऑफिसर खड़े से मैं खड़ा था, मेरे पीछे वाले लड़के के आंख पर आके लगी यहाँ, और मैंने बोला ये मुझे टारगेट किया, पीछे चलिए, तो ये अभी हम लोग 200 मीटर पीछे खड़े थे, तो ये जो मीडिया में आ रहा कि इनके कुछ लोग आगे बढ़ रहे हैं वो डिफेंड करते, तब हम शेलिंग करते। आज हमारे तरफ से जब उन्होंने भड़काहट की, मैं कहता हूँ 99% हमारे लोग संयम में रहे, कोई एक दो घटना को छोड़कर, तो ये केंद्र का रवैया ठीक नहीं है। हम अपनी तौर से कर रहे हैं, भी हम पीसफुली बैठते हैं, आप वार्ता करिए, वार्ता में क्या बात आती है क्या नहीं आती है उसके बाद सोचेंगे, अगर बात टूटेगी तो हम अपना फैसला कर लेंगे भी आगे बढ़ना है, आप अपना कर लीजिए। जब हम अपनी तौर से कर रहे हैं, भी हम वार्ता के लिए तैयार हो रहे हैं और हम कह रहे हैं भी हम पीसफुली बैठेंगे, आज आगे नहीं बढ़ेंगे, तो उस समय केंद्र को शेलिंग हमारे ऊपर करनी नहीं चाहिए। तो ये जो मैं कहता हूं, जो आंदोलन में हो रहा, हमें केंद्र सरकार खुद भड़का रही है। मैंने कल भी कहा था, अब पुलिस प्रहार नहीं कर रही, अर्धसैनिक फोर्स लगे हैं, अब देश का निजम कानून देख लीजिए, अर्धसैनिक बल तब लगते हैं जब इमरजेंसी हालात हो, दूसरे देश के ऊपर अटैक करना हो। अब केंद्र सरकार अपने किसान और खेत मजदूर को दुश्मन समझ के उसके ऊपर अटैक कर रही है। जब हम जब हम पीछे वार्ता कर रहे थे तो हमारा ट्विटर हैंडल बंद कर दिया गया, डल्लेवाल साहब कह रहे मेरा पेज बंद कर दिया, और पेज बंद होने के बाद क्या मैसेज आया कि ये एंटी नेशनल एक्टिविटी कर रहे थे, तब इनका ट्विटर हैंडल बंद किया गया। तो ये ठीक नहीं है हमें एंटी नेशनल बताना और हमारे साथ इस तरह की बातें जोड़ना। और जो अब डल्लेवाल साहब ने बात की, हम इस परिस्थितियों में भी, कौन सी परिस्थितियां, आज फिर गिरफ्तारियां हुई हैं यूपी में, जिन यूनियन ने हमें समर्थन दिया था उनको सबको अरेस्ट कर लिया गया,
ठीक है, महाराष्ट्र में अरेस्ट हुई है। अब देखे जो हमारे आंदोलन में लड़के 15-20 लड़के हैं जो अम्बाला के थाने में है, अब जो खनौरी में वहां से भी लड़कों को पकड़ के थाने में लिया गया। इस तरह की पोजीशन में भी हमारा मन कर रहा है कि हम वार्ता नहीं छोड़ेंगे। अगर केंद्र कोई हल करे तो हम हल करने के लिए तैयार है। हम टकराव नहीं चाहते, हमारा दिल्ली जाना अनक का सवाल नहीं है, हम बातचीत से निपटना चाहते हैं, इसीलिए आज आए हैं। और कल की मीटिंग जैसे डल्लेवाल साहब ने बताया 5 बजे की तय हुई है, और इधर से हम कहते हैं कल भी हम पीसफुली बैठेंगे। और आज आपके माध्यम से मान जो प्रधानमंत्री से अपील करते हैं कि जो आपने अर्धसैनिक फोर्स बल लगाए हैं कृपया उसे निर्देश दीजिए कि जब हम अपनी ओर से पीसफुली बैठेंगे हमारे ऊपर शैलिंग नहीं होनी चाहिए, ठीक है, तब दोनों धिरों को आसानी से बैठना आसान होगा। तो आज देखेंगे कल वाली मीटिंग में क्या निकलता है। जिस तरह की मीटिंग में प्रस्ताव आएगा अपने दोनों फोरमों में सोचेंगे और उसके बाद आगे की बात करेंगे। धन्यवाद। कल जो तक मीटिंग नहीं होती उदों तक आगे नहीं बढ़े जाए। हाँ बिल्कुल नहीं, क्योंकि जो गलबात आ गई है मैं फिर कहा ਵੀ ਜੇ ਉਹਨਾਂ ਵੱਲੋਂ ਸਾਡੇ ਤੇ ਸ਼ੈਲਿੰਗ ਕੀਤੀ ਗਈ ਤੁਹਾਡੇ ਮੁੰਡੇ ਜਾ ਕੇ ਬੈਰੀਕੇਡਾਂ ਤੇ ਚੜਦੇ ਉਹਨਾਂ ਨੂੰ ਰੋਕ ਪਾਉਂਗੇ? ਬਿਲਕੁਲ, ਮੈਂ ਸ਼ੋਰ ਕਰਦਾ ਜੇ ਵੀਰ ਜੀ ਤੁਸੀਂ ਹੁੰਦੇ, ਮੈਂ ਸਟੇਜ ਤੇ ਖੜਾ, ਸਾਡੇ ਸਟੇਜ ਤੇ ਖੜਾ ਹੁੰਦਾ ਕੋਈ ਮੁੰਡਾ ਬੈਰੀਕੇਡ ਤੇ ਨਹੀਂ ਗਿਆ। ਔਰ ਤੁਸੀਂ ਦੇਖੋ ਸਾਡੀ, ਪਹਿਲਾਂ ਮੇਰੀ ਸੁਣ ਲਓ, ਮੇਰੀ ਸੁਣ ਤਾਂ ਲਓ, ਸਾਡੀ ਸਟੇਜ ਤੋਂ ਭਲਾ ਕੀ ਅਨਾਊਂਸਮੈਂਟ ਹੋ ਰਹੀ ਆ ਤੁਹਾਨੂੰ ਸੁਣਦੀ ਆ ਵੀ ਅੱਗੇ ਨਾ ਜਾਇਓ? ਸਾਡੀ ਸਟੇਜ ਤੇ ਡਰੋਨ ਕਿਉਂ ਹਮਲਾ ਕਰ ਰਿਹਾ? ਕਿਉਂਕਿ ਤੁਹਾਡੇ ਮੁੰਡੇ ਅੱਗੇ ਬੈਰੀਕੇਡ ਤੇ ਚੜ੍ਹੇ। ਦੇਖੋ ਨਹੀਂ, ਜਿਹੜੇ ਰੋਕ ਰਹੇ ਹੋਣ ਉਹਨਾਂ ਤੇ ਹਮਲਾ ਨਹੀਂ ਹੁੰਦਾ, ਲੱਗਦਾ ਵੀ ਇਹ ਤੇ ਬਚਾ ਕਰ ਰਹੇ ਆ, ਬਚਾ ਤੇ ਤੁਹਾਡੀ ਮੀਟਿੰਗ 'ਚ ਕੀ ਰਿਹਾ? ਔਰ ਕਹਿੰਦੇ ਨੈਗੋਸੀਏਸ਼ਨ ਚੱਲ ਰਹੀ ਸੀ, ਸੈਂਟਰ ਨੇ ਕਿਹਾ ਕਿੱਥੋਂ ਤੱਕ ਮੰਨਜੋਗੇ ਕੁਛ? ਦੇਖੋ ਇਸ ਕਿਸਮ ਦੀ ਕੋਈ ਨੈਗੋਸੀਏਸ਼ਨ ਨਹੀਂ, ਠੀਕ ਆ? ਇੱਥੇ ਤਾਂ ਇਹਨਾਂ ਨਾਲ ਤਾਂ ਕੋਈ ਨੈਗੋਸੀਏਸ਼ਨ ਨਹੀਂ। ਵੇਖੋ ਜੀ, ਅੱਜ ਦੀ ਮੀਟਿੰਗ ਦਾ ਇੱਕ ਸੁਣ ਲਓ, ਇੱਕ ਮੈਂ ਸਪਸ਼ਟ ਕਰਦਾ, ਬਹੁਤ ਸਾਰੇ ਚੈਨਲਾਂ 'ਚ ਇਹ ਆ ਰਿਹਾ ਜਿਸ ਗੱਲ ਦਾ ਦੁੱਖ ਆ, ਹੁਣ ਸਾਡਾ ਵੀ ਲਾਮਾ ਲੈ ਲਿਓ, ਠੀਕ ਆ? ਲਾਮੇ ਤੇ ਲਾਮਾ ਆਉਣਾ ਵੀ ਕਿਸਾਨ ਭਵਨ 'ਚ ਮੀਟਿੰਗ ਚੱਲ ਰਹੀ ਹੈ, ਕਿਹੜਾ ਸੋਰਸ ਆ ਬਈ, ਕਿਹੜੇ ਮੰਤਰੀਆਂ ਨਾਲ ਮੀਟਿੰਗ ਹੋਈ? ਮੈਂ ਤਾਂ ਉਹਦਾ ਤੁਹਾਨੂੰ ਟਵੀਟ ਪਾਤਾ ਤੁਹਾਡੇ ਚੈਨਲਾਂ ਦੇ, ਇਹ ਮਿਸਗਾਈਡ ਕਰਨਾ ਨਹੀਂ ਚਾਹੀਦਾ ਕਿਸੇ ਚੈਨਲ ਵੀ, ਕਿਸੇ ਮੀਟਿੰਗ ਨਹੀਂ। ਮੇਰੀ ਸੁਣ ਲਓ, ਹੁਣ ਮੇਰੀ ਵਾਰੀ ਆਈ ਆ ਵੀ ਜੇ ਕਿਸੇ ਚੈਨਲ 'ਤੇ ਖਬਰ ਚੱਲ ਰਹੀ ਆ ਵੀ ਮੰਤਰੀਆਂ ਨਾਲ ਮੀਟਿੰਗ ਹੋ ਰਹੀ, ਕਿੱਦਾਂ ਭਰਮ ਜਾਊਗਾ ਲੋਕਾਂ ਦੇ ਵਿੱਚ? ਇਹ ਜਦੋਂ ਜਿੰਨਾ ਚਿਰ ਕੋਈ ਤੁਹਾਨੂੰ ਵੱਡਾ ਲੀਡਰ ਪੁਸ਼ਟੀ ਨਹੀਂ ਕਰਦਾ, ਆਪਣੇ ਸੋਰਸਾਂ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ, ਇਹ ਸਾਡਾ ਵੀ ਲਾਮਾ। ਅੱਜ ਅਸੀਂ ਕਲੀਅਰ ਕਰ ਦਿੱਤੇ, ਇੱਕ ਮਿੰਟ ਦੇ ਦਿਓ, ਅੱਜ ਹੁਣ ਕਰਦਾ ਫੁੱਲ ਸਾਫ ਕਰ। ਕਿਸੇ ਮੰਤਰੀ ਨਾਲ ਮੀਟਿੰਗ ਨਹੀਂ ਹੋਈ, ਮੀਟਿੰਗ ਜਿਹੜੀ ਮੰਤਰੀਆਂ ਨਾਲ ਹੋਣੀ ਹੈ ਕੱਲ ਨਹੀਂ ਹੋਣੀ ਹੈ, ਚਿੱਠੀ ਆ ਗਈ ਹੈ ਅੱਜ ਜਿਹੜੇ ਹੋਏ ਆ ਪੰਜਾਬ ਦੇ ਜਿਹੜੇ ਅਧਿਕਾਰੀ ਸੀਗੇ ਪੰਜਾਬ ਸਰਕਾਰ, ਤੁਹਾਨੂੰ ਪਤਾ ਵੀ ਪਹਿਲਾਂ ਵੀ ਜਿਹੜੀ 2 ਰਾਊਂਡ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਉਹਨਾਂ ਨੇ ਸਾਲਸ ਦਾ ਕੰਮ ਕੀਤਾ, CM ਆਪ ਵੀ ਇੱਕ ਮੀਟਿੰਗ 'ਚ, ਚਾਹੇ ਫਸਟ ਮੀਟਿੰਗ 'ਚ, ਸੈਕਿੰਡ ਮੀਟਿੰਗ 'ਚ ਜਿਹੜੇ ਪੰਜਾਬ ਦੇ ਉੱਚ ਅਧਿਕਾਰੀ ਆ ਇੰਟੈਲੀਜੈਂਸ ਦੇ, ADGP ਆਪਣੇ ਜਸਕਰਨ ਸਿੰਘ ਹੈ ਔਰ ਦੂਸਰੇ ਉਹ ਆਏ ਸੀਗੇ, ਅੱਜ ਵੀ ਉਹਨਾਂ ਨਾਲ ਹੀ ਅਧਿਕਾਰੀਆਂ ਨਾਲ ਮੀਟਿੰਗ ਹੋਈ ਹੈ। ਉਹਨਾਂ ਨੇ ਸਾਡੇ ਕੋਲ, ਤੁਸੀਂ ਕਹੋਗੇ ਵੀ ਫਿਰ ਕੀ ਕਾਹਦੀ ਖਾਤਰ ਕੀਤੀ, ਉਹਦੇ ਇੱਕ ਗੱਲ ਹੀ ਕੀਤੀ ਵੀ ਇੱਕ ਤਾਂ ਵੀ ਜਿਹੜਾ ਉਹਦੇ ਵਿੱਚ ਜਾਣਾ ਹੈ ਕਿੰਨੇ ਬੰਦੇ ਜਾਣਗੇ ਦੋਨੇ ਫੋਰਮਾਂ ਦੇ, ਇਹ ਗੱਲ ਤੈਅ ਕਰਨ ਵਾਲੀ ਸੀਗੀ, ਕਿੰਨੀ ਗਿਣਤੀ ਹੋਊਗੀ ਉਹ ਹੋ ਗਈ ਡਿਸਾਈਡ, ਹਾਲਾਤ ਨੋਰਮਲ ਕਰਵਾਏ ਜਾਣਗੇ। ਦੂਸਰੀ ਗੱਲ ਸੁਣੋ ਜੀ,
ਦੂਸਰੀ ਉਹ ਸੁਣ ਦੱਸ ਦਿੰਦੇ ਦੂਸਰੀ ਗੱਲ ਹਾਲਾਤ ਜਿਹੜੇ ਹਾਲਾਤ ਨੇ ਉਹ ਨਾਰਮਲ ਕੀਤੇ ਜਾਣ ਇਹ ਅਸੀਂ ਇਹਨਾਂ ਨੇ ਤਾਂ ਹੀ ਬੁਲਾਇਆ ਸੀਗਾ ਵੀ ਜੇ ਉਹੀ ਹਾਲਾਤ ਰਹਿੰਦੇ ਨੇ ਜੇ ਅੱਜ ਸਾਰਾ ਦਿਨ ਹੋਏ ਆ ਫਿਰ ਇਹ ਮੀਟਿੰਗ ਨਹੀਂ ਹੋਣੀ ਹੈ ਉਹਨਾਂ ਨੇ ਜ਼ਿੰਮੇਵਾਰੀ ਲਈ ਆ ਵੀ ਹਾਲਾਤ ਜਿਹੜੇ ਹਾਲਾਤ ਹੈ ਉਹਨਾਂ ਨੂੰ ਅਸੀਂ ਨਾਰਮਲ ਕਰਾਂਗੇ ਧੰਨਵਾਦ ਸਾਹਿਬ ਐਸ ਕੇ ਐਮ ਨੇ ਫੈਸਲਾ ਕਿਹਾ ਕਿ ਟੋਲ ਪਲਾਜ਼ੇ ਜਿਹੜੇ ਮੰਤਰੀ ਦੇ ਵਿੱਚ ਤਿੰਨ ਮੰਤਰੀ ਆ ਰਹੇ ਨੇ ਤੁਹਾਡੇ ਕਈ ਜਥੇਬੰਦੀਆਂ ਮੈਚ ਆਏ ਇੱਕ ਮਿੰਟ ਮੈਂ ਦੇਖ ਲਿਓ ਚਿੱਠੀ ਚਿੱਠੀ ਵਾਲੀ ਦੱਸ ਕਰਦੇ ਨੇ ਦੋਵੇਂ ਤੁਸੀਂ ਡਲੇ ਇੱਕ ਦੋ ਸਵਾਲ ਲਾ ਕੇ ਕਰ ਲਈਏ ਇਕੱਲਾ ਇਕੱਲਾ ਇੱਕ ਤਾਂ ਹੈਗਾ ਵਾ ਵੀ ਅਰਜੁਨ ਮੁੰਡਾ ਜੀ ਜਿਹੜੇ ਕੇਂਦਰ ਦੇ ਖੇਤੀਬਾੜੀ ਮੰਤਰੀ ਨੇ ਪਿਊਸ਼ ਗੋਇਲ ਜੀ ਅਨਿਤਿਆ ਆਨੰਦ ਰਾਏ ਜੀ ਜਿਹੜੇ ਮੇਰੇ ਖਿਆਲ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਤਿੰਨ ਮੰਤਰੀਆਂ ਦੇ ਸਿਟਿੰਗ ਨਾਲ ਸਾਡੀ ਵਾਰਤਾ ਹੋਊਗੀ ਜਿੱਥੋਂ ਤੱਕ ਸਵਾਲ ਵੀਰ ਨੇ ਕੀਤਾ ਵੀ ਹੋਰ ਮਤਲਬ ਦੋ ਚੀਜ਼ਾਂ ਆਈਆਂ ਵੀ ਐਸ ਕੇ ਐਮ ਟੋਲ ਪਲਾਜ਼ੇ ਫ੍ਰੀ ਕਰ ਰਿਹਾ ਇੱਕ ਜਥੇਬੰਦੀ ਉੱਧਰ ਰੇਲਾਂ ਵੀ ਜਾਮ ਕਰ ਰਹੀ ਆ ਅਤੇ ਇਹ ਆ ਵੀ ਜੋ ਕੁਝ ਜਾਬਰ ਹੋਇਆ ਵਾ ਠੀਕ ਆ ਉਹਦੇ 'ਤੇ ਉਹਨਾਂ ਹਾ ਦਾ ਨਾਰਾ ਮਾਰਿਆ ਚਲੋ ਕਿਸੇ ਵੀ ਸਾਡੇ ਭਰਾਵਾਂ ਨੇ ਸਾਡੇ ਜਬਰ 'ਤੇ ਹਾ ਦਾ ਨਾਰਾ ਮਾਰਿਆ ਚੰਗੀ ਗੱਲ ਸਾਰਿਆਂ ਦਾ ਧੰਨਵਾਦ ਸਾਰਿਆਂ ਦਾ ਦੇਖੋ ਗੱਲ ਫਿਰ ਮੈਂ ਉਹੀ ਕਰਾਂ ਕਿ ਮੀਟਿੰਗ ਕੱਲ੍ਹ ਨੂੰ ਹੋਣੀ ਹੈ ਲੇਕਿਨ ਅਸੀਂ ਕਿਹਾ ਕੀ ਹੈ ਅਸੀਂ ਲਗਾਤਾਰ ਇਹ ਕਹਿ ਰਹੇ ਹਾਂ ਤੁਹਾਡੇ ਚੈਨਲਾਂ ਤੋਂ ਕਹਿ ਰਹੇ ਹਾਂ ਕਿ ਸਾਡੇ ਨਾਲ ਮੀਟਿੰਗ ਦਾ ਤਾਂ ਹੀ ਫਾਇਦਾ ਹੋਣਾ ਹੈ ਜੇਕਰ ਕੋਈ ਸਰਕਾਰ ਪੋਜ਼ਿਟਿਵ ਹੋ ਕੇ ਆਉਂਦੀ ਹੈ ਤਾਂ ਕੁਝ ਲੋਕਾਂ ਨੂੰ ਦੇਣ ਲਈ ਆਉਂਦੀ ਹੈ ਤਾਂ ਗੱਲਾਂ ਨਾਲ ਗੱਲਾਂ ਦਾ ਹੱਲ ਨਹੀਂ ਹੁੰਦਾ ਦੇਖੋ ਮੈਂ ਬੇਨਤੀ ਕਰਾਂ ਜੀ ਜਿਹੜਾ ਬੰਦਾ ਸਾਡੇ ਅੱਜ ਸਮਰਥਨ ਦੇ ਵਿੱਚ ਬੋਲਦਾ ਹੈ ਸਾਡੇ ਉੱਤੇ ਇਸ ਹੋਏ ਜ਼ਬਰ ਦੇ ਵਿੱਚ ਹਾਦਾ ਨਾਰਾ ਮਾਰਦਾ ਹੈ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਰਾਂਗੇ ਅਸੀਂ ਉਹ ਬਣਦਾ ਸਾਡੇ ਵੱਲੋਂ ਕਰਨਾ ਔਰ ਇਹ ਸਾਡਾ ਇਖਲਾਕੀ ਫਰਜ਼ ਬਣਦਾ ਹੈ ਰਹੀ ਗੱਲ ਜਿਹੜੀ ਅਗਲੀ ਹੈ ਗਾਂ ਦੀ ਉਹ ਗਾਂ ਫਿਰ ਸੋਚਾਂਗੇ ਕਿਵੇਂ ਦਾ ਹੋਣਾ ਚਾਹੀਦਾ ਸੋ ਇਹ ਇਸ ਗੱਲ ਦੇ ਉੱਤੇ ਮੇਰਾ ਇੰਨਾ ਕੀ ਕਹਿਣਾ ਬਿਲਕੁਲ ਮੈਂ ਇਹ ਵੀ ਕਹਿ ਦਿਆਂ ਤੁਹਾਨੂੰ ਕਿ ਇਸ ਏਕਤਾ ਨੂੰ ਵੱਡਿਆਂ ਕਰਨ ਦੇ ਲਈ ਕਮੇਟੀਆਂ ਬਣਾ ਕੇ ਹਰ ਇੱਕ ਥਾਂ ਦੇ ਉੱਤੇ ਜਿਹੜਾ ਐਸ ਕੇ ਐਮ ਨੂੰ ਐਸ ਕੇ ਐਮ ਨੋਨ ਪੋਲੀਟੀਕਲ ਜਾਂ ਇਹ ਜਿਹੜਾ ਫੋਰਮ ਹੈ ਦੋਨਾਂ ਫੋਰਮਾਂ ਵੱਲੋਂ ਇੱਕ ਸਿਧਾਂਤਕ ਸਾਂਝ ਬਣਾ ਕੇ ਚੱਲੀ ਜਾ ਰਹੀ ਹੈ ਉਹਦੇ ਕੁਝ ਨਿਯਮ ਨੇ ਉਹਨਾਂ ਨਿਯਮਾਂ ਦੇ ਚੌਕਟੇ 'ਚ ਫਿੱਟ ਆਉਣ ਵਾਲਾ ਹਰ ਔਰਗਨਾਈਜੇਸ਼ਨ ਸਾਡੇ ਨਾਲ ਆ ਸਕਦੀ ਸਾਨੂੰ ਕੋਈ ਦਿੱਕਤ ਨਹੀਂ ਹੈ ਧੰਨਵਾਦ ਦੇਖੋ ਇਸ ਗੱਲ ਨੂੰ ਅਸੀਂ ਕੰਡੈਮਡ ਕਰਦੇ ਹਾਂ ਮੈਂ ਖੜਾ ਵਾਂ ਮੈਂ ਤੁਹਾਨੂੰ ਕਿਹਾ ਜਦੋਂ ਸਟੇਟ ਖੁਦ ਵਾਇਲੈਂਸ ਕਰੂਗਾ ਔਰ ਸਟੇਟ ਖੁਦ ਭੜਕਾ ਹੋਊਗਾ ਫਿਰ ਕੁਛ ਚੀਜ਼ਾਂ ਵਾਪਰ ਸਕਦੀਆਂ ਮੈਂ ਖੁਦ ਖੜਾ ਮੈਂ ਬੋਲ ਰਿਹਾ ਕੋਈ ਤੁਸੀਂ ਉੱਥੇ ਖੜੇ ਕੋਈ ਨਹੀਂ ਗਿਆ ਹੈਗਾ ਸਾਡੇ ਖੜੇ ਹੋਇਆ ਡਰੋਨ ਆਇਆ ਔਰ ਪੀਸਫੁਲੀ ਖਲੋਤੇ ਲੋਕਾਂ ਦੇ ਜਿਹੜਾ ਡਰੋਨ ਨੇ ਸ਼ੈਲਿੰਗ ਕੀਤੀ ਆ ਇਹ ਸਪਸ਼ਟ ਆ ਉਹ ਜਦੋਂ ਮਰਜ਼ੀ ਚਾਹੁਣ ਸੀ ਸੀ ਟੀ ਵੀ ਉਹ ਵੇਖ ਰਹੇ ਕਢਾ ਲੈਣ ਉਸ ਸਮੇਂ ਦੌਰਾਨ ਕੋਈ ਸਾਡਾ ਬੰਦਾ ਪਾਇਆ ਗਿਆ ਫਿਰ ਤੁਹਾਡਾ ਸਵਾਲ ਵਾਹ ਬਹੂ ਅਸੀਂ ਉੱਥੇ ਖੜੇ ਹਾਂ ਹਰ ਚੱਪੇ ਚੱਪੇ ਦੀ ਸਾਨੂੰ ਖਬਰ ਆ ਰਹੀ ਹੈ ਹਾਂ ਦੇਖੋ ਜੀ ਇੱਕ ਤਾਂ ਹੈਗਾ ਵੀ ਜਿਹੜੀ ਵਿਦੇਸ਼ਾਂ ਤੋਂ ਬਾਹਰੋਂ ਜਿਨਸਾਂ ਮੰਗਾਉਣੀਆਂ ਹੈਗੀਆਂ ਉਹਦੇ 'ਤੇ ਜਿਹੜੀ ਇੰਪੋਰਟ ਡਿਊਟੀ ਸਰਕਾਰ ਖਤਮ ਕਰਨ ਦਾ ਅੰਦਰ ਖਾਤੇ ਫੈਸਲਾ ਕਰ ਚੁੱਕੀ ਆ ਉਹਨੂੰ ਵਾਪਸ ਲੈ ਲਵੇ ਔਰ
ਜ਼ਮੀਨ ਅਕਵਾਇਰ ਕਰਨ ਵਾਲਾ ਜਿਹੜਾ ਐਕਟ ਆ ਉਹਦੇ ਵਿੱਚ ਜਿਹੜੀ ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਵੀ ਜ਼ਮੀਨਾਂ ਖੋਈਆਂ ਜਾਣਗੀਆਂ, ਜਿਹੜਾ ਮੋਦੀ ਜੀ ਦਾ ਮਾਡਲ ਐਕਟ 2015 ਕਹਿੰਦਾ ਵਾ, ਉਹ 'ਚੋਂ ਉਹ ਮੱਧ ਜਿਹੜੀ ਆ ਉਹ ਪਿਛਲੇ ਲਾਅ ਮੁਤਾਬਕ ਰੱਖੀ ਜਾਵੇ। ਇੱਕ ਸੀਗਾ ਵੀ MSP ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ, ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਜਾਣ, ਗੰਨੇ ਦਾ ਰੇਟ ਵੀ C2 ਪਲੱਸ 100% ਦੇ ਹਿਸਾਬ ਨਾਲ ਦਿੱਤਾ ਜਾਵੇ, ਕਿਸਾਨ ਅਤੇ ਖੇਤ ਮਜ਼ਦੂਰ ਦਾ ਕਰਜ਼ ਖਤਮ ਕੀਤਾ ਜਾਵੇ, ਲਖੀਮਪੁਰ ਖੀਰੀ ਦਾ ਇਨਸਾਫ ਮਿਲੇ, ਸਾਰੇ ਕੇਸ ਜਿਹੜੇ ਕਿਸਾਨ ਅੰਦੋਲਨ 'ਚ ਪਏ ਆ ਦੇਸ਼ ਭਰ 'ਚੋਂ ਵਾਪਸ ਲਏ ਜਾਣ, ਸ਼ਹੀਦਾਂ ਦੇ ਵਾਸਤੇ ਸਮਾਰਕ ਦੀ ਜਗ੍ਹਾ ਦਿੱਲੀ 'ਚ ਦਿੱਤੀ ਜਾਵੇ, ਸ਼ਹੀਦ ਪਰਿਵਾਰਾਂ ਦੀਆਂ ਨੌਕਰੀਆਂ ਠੀਕ ਆ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ। ਬਿਜਲੀ ਐਕਟ 2023 ਇਹ ਬਣ ਗਿਆ ਵਾ, ਉਹਨੂੰ ਖਤਮ ਕੀਤਾ ਜਾਵੇ। ਜਿਹੜੇ ਸਾਨੂੰ ਕਹਿ ਰਹੇ ਵੀ ਉਹਦੇ ਵਿੱਚੋਂ ਕਿਸਾਨ ਨੂੰ ਜਿਹਨੂੰ ਸਟੇਟ ਨੇ ਸਬਸਿਡੀ ਦੇਣੀ ਆ ਉੱਤੇ ਰੋਕ ਨਹੀਂ ਲਾਵਾਂਗੇ, ਇਹ ਸਾਡੀ ਮੰਗ ਨਹੀਂ ਹੈਗੀ। ਸਾਡੀ ਮੰਗ ਹੈਗੀ ਆ ਵੀ ਇਹ ਨਿੱਜੀਕਰਨ ਦਾ ਰਾਹ ਬੰਦ ਕੀਤਾ ਜਾਵੇ। ਪੋਲੂਸ਼ਨ ਐਕਟ ਦੇ ਵਿੱਚੋਂ ਉਹ ਦਾਅਵਾ ਕਰਨਗੇ ਤੁਹਾਡੇ ਸਾਹਮਣੇ ਮੰਤਰੀ ਵੀ ਅਸੀਂ ਪਰਾਲੀ ਨੂੰ ਕ੍ਰਿਮੀਨਲ ਅਫੈਂਸ ਤੋਂ ਬਾਹਰ ਕੱਢਤਾ, ਨਹੀਂ ਪੋਲੂਸ਼ਨ ਐਕਟ ਤੋਂ ਖੇਤੀ ਨੂੰ ਮਾਰ ਕੱਢਿਆ ਜਾਵੇ ਜਿਹੜਾ ਅਸੀਂ ਮੰਗ ਕਰ ਰਹੇ ਹਾਂ। ਇਹ ਤੋਂ ਗਾਹ ਨਰੇਗਾ 200 ਦਿਨ ਹੋਵੇ, 700 ਰੁਪਈਆ ਉਹਦੀ ਦਿਹਾੜੀ ਦਿੱਤੀ ਜਾਵੇ, ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਸਿਰ 'ਤੇ ਕਰੇ, ਔਰ ਜਿਹੜੀ ਆਦਿਵਾਸੀਆਂ ਦੀ ਕਹਿੰਦੇ ਸੰਵਿਧਾਨ ਦੀ ਪੰਜਵੀਂ ਜਿਹੜੀ ਸੂਚੀ ਆ ਉਹ ਲਾਗੂ ਕੀਤੀ, ਉਹ ਕਹਿਣਗੇ ਲਾਗੂ ਆ, ਪਰ ਜੋ ਹੱਸ ਰਸ ਛੱਤੀਸਗੜ੍ਹ 'ਚ ਹੋ ਰਿਹਾ, ਹਜ਼ਾਰਾਂ ਏਕੜ ਜ਼ਮੀਨ ਇਸ ਵੇਲੇ ਅੰਬਾਨੀ ਅਡਾਨੀ ਹੁਣੀ ਖੋ ਰਹੇ ਨੇ, ਲੋਕ ਪ੍ਰੋਟੈਸਟ ਕਰ ਰਹੇ ਨੇ, ਉਹ ਉਸ ਸੰਵਿਧਾਨਕ ਧਾਰਾ ਦੀ ਵਾਇਲੈਂਸ ਹੈਗੀ ਹੈ ਜਿਹੜਾ ਅਸੀਂ ਰੋਕਣ ਨੂੰ ਮੰਗ ਕਰ ਰਹੇ ਹਾਂ। ਔਰ ਇਹ ਤੋਂ ਕਹਾਂ ਭਾਰਤ ਵਿਸ਼ਵ ਵਪਾਰ ਸੰਸਥਾ ਦੇ ਵਿੱਚੋਂ ਖੇਤੀ ਸੈਕਟਰ ਨੂੰ ਬਾਹਰ ਕਰੇ। ਅਨੁਰਾਗ ਠਾਕੁਰ ਜੀ ਕਹਿ ਰਹੇ ਸੀ ਵੀ ਇਹ ਜੀ ਹੋਰ ਮੰਗਾਂ ਪਾ ਰਹੇ, ਅਸੀਂ ਪਹਿਲਾਂ ਤੋਂ ਇਹ ਦਿੱਤਾ ਹੋਇਆ, ਅਸੀਂ ਕਹਿੰਦੇ ਤੁਸੀਂ WTO 'ਚ ਵਪਾਰ ਰੱਖੋ, ਸਾਨੂੰ ਕੋਈ ਇਤਰਾਜ਼ ਨਹੀਂ, ਸਾਡਾ ਖੇਤੀ ਸੈਕਟਰ WTO ਦੀਆਂ ਨੀਤੀਆਂ 'ਚੋਂ ਬਾਹਰ ਕਰ ਦਿਓ। ਤੋ ਇਹਨਾਂ ਮੰਗਾਂ 'ਤੇ ਸਾਡੀ ਜਿਹੜੀ ਇਹ ਗੱਲ ਹੈਗੀ। ਇੱਕ ਸ਼ਾਰਟ ਦੇ ਵਿੱਚ ਸਾਰੀਆਂ ਮੰਗਾਂ ਨੂੰ 2 ਕੈਟਾਗਰੀਆਂ ਬਣਦੀਆਂ ਸਾਡੀਆਂ, ਇੱਕ ਜਿਹੜੀਆਂ ਘੋਲ ਦੌਰਾਨ ਘੋਲ ਦੀ ਬਾਈ ਪ੍ਰੋਡਕਟ ਹੈ, ਹਾਂ ਆਪਣਾ ਦਿੱਲੀ ਵਾਲਾ ਅੰਦੋਲਨ ਸ਼ੁਰੂ ਹੋਇਆ, ਬਾਈ ਪ੍ਰੋਡਕਟ ਕਿਹਨੂੰ ਕਹਿੰਦੇ ਹਾਂ ਅਸੀਂ। ਲਖੀਮਪੁਰ ਪਹਿਲਾਂ ਸ਼ੁਰੂ 'ਚ ਸਾਡੀ ਕੋਈ ਮੰਗ ਨਹੀਂ ਸੀਗੀ, ਉਹਨਾਂ ਨੇ ਸਾਡੇ ਕਿਸਾਨਾਂ ਨੂੰ ਇੱਕ ਪੱਤਰਕਾਰ ਨੂੰ ਗੱਡੀਆਂ ਥੱਲੇ ਕੁਚਲ ਲਿਆ, ਉਹ ਮੰਗ ਬਣ ਗਈ। ਇਹ ਘੋਲ ਦੀ ਬਾਈ ਪ੍ਰੋਡਕਟ ਹੈ, ਕੇਸ ਪਾਏ ਆ ਉਹ ਬਾਈ ਪ੍ਰੋਡਕਟ ਹੈ, ਮੁਆਵਜ਼ੇ ਦੀ ਗੱਲ ਹੈ 700 ਕਿਸਾਨ ਸ਼ਹੀਦ ਹੋਏ, ਬਾਈ ਪ੍ਰੋਡਕਟ ਹੈ। ਪਰ ਇੱਕ ਜਿਹੜੀਆਂ ਹੈਗੀਆਂ ਨੇ ਮੰਗਾਂ ਜਿਹੜੀਆਂ ਬੇਸਿਕ ਬੁਨਿਆਦੀ ਮੰਗਾਂ ਨੇ ਜਿਹੜੀਆਂ ਅਸੀਂ ਸ਼ੁਰੂ ਤੋਂ ਲੈ ਕੇ ਚੱਲ ਰਹੇ ਹਾਂ, ਜਿਹੜੀ ਇਹਨਾਂ ਨੇ ਭਦੇੜ ਸਾਹਿਬ ਨੇ ਗੱਲ ਕੀਤੀ ਹੈ, MSP ਵਾਲੀ ਹੈਗੀ ਹੈ, ਕਰਜ਼ਾ ਮਾਫੀ ਵਾਲੀ ਹੈਗੀ ਹੈ, ਬਿਜਲੀ ਬਿੱਲ ਐਕਟ ਰੱਦ ਕਰਨ ਵਾਲੀ ਗੱਲ ਹੈਗੀ ਹੈ, ਇਹ ਹੈਗੇ ਨੇ ਬੇਸਿਕ ਮੰਗਾਂ ਸਾਡੀ ਹੈਗੀ ਆ ਵੀ ਜਿਹੜੀਆਂ ਬੇਸਿਕ ਮੰਗਾਂ ਨੇ ਉਹਨਾਂ 'ਤੇ ਜਿਹੜੀ ਸਰਕਾਰ ਹੈ ਉਹਨਾਂ 'ਤੇ ਉਹਨਾਂ ਦਾ ਸੋਲਵ ਕਰੇ। ਜਿਹੜੀਆਂ ਬਾਈ ਪ੍ਰੋਡਕਟ ਹੈਗੀਆਂ ਜੇ ਉਹਨਾਂ 'ਚ ਕੋਈ ਰਹਿ ਵੀ ਜਾਊਗੀ ਉਹ ਗੱਲ ਨਹੀਂ, ਕੋਈ ਬੇਸਿਕ ਮੰਗਾਂ 'ਤੇ ਜਿਹੜੀ ਹੈਗੀ ਆ ਜਿੰਨਾ ਚਿਰ ਸੋਲਵ ਨਹੀਂ ਹੁੰਦੇ ਉਹਨਾਂ ਚਿਰ ਸਾਡਾ ਦਿੱਲੀ ਕੂਚ ਵਾਲਾ ਜਿਹੜਾ ਪ੍ਰੋਗਰਾਮ ਹੈ ਉਹ ਸਟੈਂਡ ਕਰਦਾ ਰਹੂਗਾ, ਹੁਣ ਵੀ ਕਰਦਾ ਕੱਲ੍ਹ ਨੂੰ ਵੀ ਕਰਦਾ। ਉਹ ਜਿਹੜੀ ਜਗ੍ਹਾ ਨਾ ਉਨੀ ਜਿੱਥੇ ਇਹਨਾਂ ਦੀ OB ਵੈਨਸ ਖੜੀਆਂ ਉਹ ਜਗ੍ਹਾ ਇਹਨਾਂ ਵਾਸਤੇ ਰਾਖਵੀਂ ਕਰ ਦਈਏ, ਠੀਕ ਆ ਆਪਣੇ ਵਲੰਟੀਅਰ ਲਾ ਦਈਏ। ਚਲੋ ਜੀ ਅਸੀਂ ਇਹਦੇ ਬਾਰੇ ਫੈਸਲਾ ਕਰ ਰਹੇ ਹਾਂ ਵੀ ਜਿੱਥੇ ਤੁਹਾਡੀਆਂ OB ਵੈਨਾਂ ਖੜੀਆਂ ਨੇ ਉੱਥੇ ਆਪਣੇ ਵਲੰਟੀਅਰ ਦੀ ਡਿਊਟੀ 24 ਘੰਟੇ ਅਸੀਂ
ਲਾਈਏ, ਠੀਕ ਆ। ਔਰ ਏ ਬੀ ਪੀ ਪੀ ਵਾਲਿਆਂ ਦਾ ਵੀ ਸਵੇਰੇ ਲਾਮਾ ਆਇਆ ਸੀਗਾ, ਅਸੀਂ ਜ਼ਰੂਰ ਹਾਂ ਹੈ, ਮਹਿਲਾ ਪੱਤਰਕਾਰ ਹੈ, ਉਹਨੂੰ ਹਰਾਸ ਕੀਤਾ ਜਾ ਰਿਹਾ ਹੈ, ਨਹੀਂ ਆਪਾਂ ਤਾਂ ਉਹਨਾਂ ਨੂੰ ਬਚਾ ਵੀ ਨਹੀਂ ਸਕਦੇ ਕਿਉਂਕਿ ਸਾਡੇ ਉੱਤੇ ਹੀ ਆਣਗੇ। ਐਂਡ ਫਰੋਮ ਚੰਡੀਗੜ੍ਹ ਪ੍ਰੈਸ ਕਲੱਬ, ਮੈਂ ਉੱਥੇ ਦੀ ਰੈਪਰੈਜੈਂਟੇਟਿਵ ਹੋਣ ਦੇ ਨਾਤੇ ਸਾਰਿਆਂ ਵੱਲੋਂ ਕਹਿ ਰਹੀ ਹਾਂ ਆਪਾਂ ਕੰਡੈਮ ਕਰਦੇ ਹਾਂ ਇਸ ਨੂੰ, ਔਰ ਜਦੋਂ ਤੱਕ ਸਾਡੀ ਇੰਸ਼ੋਰੈਂਸ ਸੇਫਟੀ ਦੀ ਨਹੀਂ ਹੁੰਦੀ, ਆਈ ਥਿੰਕ ਵੀ ਵਿਲ ਨਾਟ ਕਵਰ ਇਟ ਸਰ। ਅਸਲ ਚ ਅਸੀਂ ਤਾਂ ਇੱਕ ਸਾਈਡ ਕਰਕੇ ਆਏ ਸੀ ਸ਼ੰਭੂ ਬਾਰਡਰ ਤੋਂ ਕਿ ਅਸੀਂ ਨਹੀਂ ਕਰਨਾ ਹੈ। ਚਲੋ ਅਸੀਂ ਅਸੀਂ ਇੱਕ ਮਿੰਟ ਦੇਖੋ, ਜਿੱਥੋਂ ਤੱਕ ਮਾਵਾਂ ਭੈਣਾਂ ਦਾ ਸਵਾਲ ਆ, ਸਾਡਾ ਸੱਭਿਆਚਾਰ ਬਹੁਤ ਵੱਡਾ ਵਾ, ਅਸੀਂ ਕਦੀ ਵੀ ਆਪਣੀਆਂ ਔਰਤਾਂ ਤੇ ਦੁਸ਼ਮਣ ਦੀਆਂ ਔਰਤਾਂ ਤੇ ਵੀ ਹਮਲੇ ਨਹੀਂ ਕੀਤੇ। ਮੈਂ ਤੁਹਾਡੇ ਸਾਹਮਣੇ ਬੋਲ ਰਿਹਾ, ਸਾਡਾ ਲੋਕ ਸਮਝਦਾ ਇਹ ਨਹੀਂ ਹੈਗਾ, ਤੋ ਸਾਨੂੰ ਨਹੀਂ ਲੱਗਦਾ, ਮੈਨੂੰ ਨਹੀਂ ਲੱਗਦਾ ਬੇਟੇ ਮੈਂ ਤੈਨੂੰ ਗੱਲ ਕਰਦਾ ਹੁਣ, ਇੱਥੇ ਕੁੜੀਆਂ ਪੱਤਰਕਾਰ, ਇੱਕ ਤਾਂ ਤੁਸੀਂ, ਇੱਕ ਹੋਰ ਕੁੜੀ ਆ ਇੱਥੇ, ਹੈਗੀ ਉਹ ਕੁੜੀ ਆ ਜਿੱਥੇ, ਹੈਗੀ ਸੁਣੋ ਮੇਰੀ ਗੱਲ ਧਿਆਨ ਨਾਲ, ਇਮਾਨਦਾਰੀ ਤੁਸੀਂ, ਮੈਂ ਜਦੋਂ ਵੀ ਬੱਚੀਆਂ ਮੇਰੀ ਕਿਤੇ ਇੰਟਰਵਿਊ ਕਰਦੀਆਂ, ਮੈਂ ਸਾਰੀਆਂ ਕੁੜੀਆਂ ਦੇ ਸਿਰ 'ਤੇ ਹੱਥ ਧਰ ਕੇ ਬੇਟਾ ਕਹਿ ਕੇ ਬੁਲਾਉਣਾ। ਮੈਂ ਤੁਹਾਨੂੰ ਸਾਰਿਆਂ ਨੂੰ ਜਿਹੜੇ ਮੇਰੇ ਨਾਲ ਉਮਰ 'ਚ ਬਹੁਤ ਛੋਟੇ ਆ, ਬੱਚੇ ਕਹਿ ਕੇ ਬੁਲਾਉਣਾ। ਅਸੀਂ ਯਾਰ ਤੁਸੀਂ ਸਾਡੇ ਹੋ, ਤੁਸੀਂ ਠੀਕ ਆ ਮੈਮ, ਅਸੀਂ ਜੇ ਗਲਤੀ ਕੀਤੀ ਸਾਡੇ ਬੰਦਿਆਂ ਨੇ, ਅਸੀਂ ਸਾਥੋਂ ਜਿਹੇ ਜੀ ਵੀ ਤੁਹਾਨੂੰ ਲੱਗਦਾ ਉਹੋ ਜਿਹੀ ਮਾਫ਼ੀ ਮੰਗ ਲੈਂਦੇ ਹਾਂ, ਲੇਕਿਨ ਉਹ ਕਰਾਂਗੇ ਪੁੱਤ ਬੇਟਾ, ਕਰਾਂਗੇ ਸੁਣੋ ਮੇਰੀ ਗੱਲ, ਅਸੀਂ ਮੰਗ ਕੇ ਅਸੀਂ ਅਡੇ ਲੋਨਾਂ ਦੀ ਭਰਤੀ ਦਾ ਸਰ ਐਫਆਈਆਰ ਦਰਜ ਕਰਾਉਣ ਜਾ ਰਹੇ ਹੋ ਜੀ? ਸਵਾਲ ਕੀ ਹੈ? ਐਫਆਈਆਰ ਦਰਜ ਕਰਾਉਣ ਜਾ ਰਹੇ ਹੋ? ਨਾ, ਮੈਂ ਜਿਹੜੀ ਬੇਨਤੀ ਕਰਦਾ ਮੇਰੀ ਗੱਲ ਸੁਣ ਲਓ, ਦੇਖੋ ਐਫਆਈਆਰ ਦਰਜ ਕਰਾਉਣਾ ਜੇ ਤੁਸੀਂ, ਤੁਹਾਨੂੰ ਸੈਟਿਸਫੈਕਸ਼ਨ ਇਸ ਗੱਲ ਨਾਲ ਹੋਊਗੀ, ਅਸੀਂ ਐਫਆਈਆਰ ਵੀ ਦਰਜ ਕਰਾਉਣਾ ਆਪਾਂ ਸੋਚ ਲਾਂਗੇ। ਪਰ ਮੇਰੀ ਬੇਨਤੀ ਕੀ ਹੈ ਕਿ ਤੁਸੀਂ ਯਾਰ, ਤੁਸੀਂ ਇਸ ਮੋਰਚੇ ਨੂੰ ਚਲਾ ਰਹੇ ਹੋ, ਇਹ ਇਕੱਲੇ ਅਸੀਂ ਨਹੀਂ ਚਲਾ ਰਹੇ ਰਮਨ, ਇਹ ਮੋਰਚਾ ਤੁਸੀਂ ਵੀ ਚਲਾ ਰਹੇ ਹੋ, ਦਿੱਲੀ ਦੇ ਵਿੱਚ ਤੁਹਾਡਾ ਬਹੁਤ ਵੱਡਾ ਪਾਰਟਿਸਪੇਸ਼ਨ ਰਿਹਾ, ਉਹ ਬੇਟਾ ਨਹੀਂ, ਉਹਨੇ ਖਾਧਿਆ, ਬਰਾਬਰ ਖਾਧਿਆ, ਮੈਂ ਤਾਂ ਹੀ ਤਾਂ ਕਿਹਾ ਵੀ ਤੁਸੀਂ ਸਾਡੇ ਬਰਾਬਰ ਲੜ ਰਹੇ ਹੋ, ਹੁੰਦੇ ਆ, ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ। ਦੇਖੋ ਮੈਂ ਇੱਕ ਬੇਨਤੀ ਕਰਾਂ, ਅਸੀਂ ਜਾਵਾਂਗੇ ਇੱਥੋਂ, ਅਸੀਂ ਜਾਵਾਂਗੇ, ਪਹਿਲੀ ਤਾਂ ਗੱਲ ਹੈ ਤੁਸੀਂ ਕਿਹਾ ਵੀ ਸਾਨੂੰ ਸ਼ੋਰਟ ਟਿੱਕੀ ਹੋਵੇ, ਅਸੀਂ ਜਿੱਥੇ ਉੱਥੇ ਇੱਕ ਵੱਖਰੀ ਜਗ੍ਹਾ ਤੁਹਾਡੇ ਲਈ ਰਿਜ਼ਰਵ ਕਰਦੇ ਹਾਂ, ਜਿੱਥੇ ਸਾਡੇ ਪੱਤਰਕਾਰ ਸਾਰੇ ਬੀਬੀਆਂ ਕਾਕੇ ਵੀਰ ਨੌਜਵਾਨ ਸਾਰੇ ਉਸ ਜਗ੍ਹਾ ਦੇ ਉੱਤੇ ਰਹਿਣਗੇ। ਬੇਟਾ ਜਿਹੜਾ ਸਮਾਨ ਚੋਰੀ, ਉਹ ਵੀ ਆਪਾਂ ਕਰਾਂਗੇ ਹੱਲ, ਉਹ ਵੀ ਅਸੀਂ ਤੁਹਾਡੇ ਨਾਲ, ਅਸੀਂ ਤੁਹਾਨੂੰ ਕਹਿੰਦੇ, ਅਸੀਂ ਤੁਹਾਨੂੰ ਵੀ ਆਪਦੇ ਪਰਿਵਾਰ ਮੰਨਦੇ ਹਾਂ, ਜੇ ਸਾਡੇ ਕਿਸੇ ਬੱਚੇ ਦਾ ਨੁਕਸਾਨ ਹੋ ਗਿਆ ਅਸੀਂ ਬੈਠੇ ਹਾਂ, ਸਾਨੂੰ ਫੜੋ ਨਾ ਅੱਗੇ, ਅਸੀਂ ਸਾਰੇ ਬੈਠੇ ਆਗੂ ਬੈਠੇ ਬੈਠੇ ਹਾਂ, ਬੈਠੇ ਹਾਂ ਫਿਰ ਅਸੀਂ ਕਰਾਂਗੇ, ਲਾਉਂਦੇ ਵਲੰਟੀਅਰ ਲਾਉਂਦੇ ਕਰਦੇ। ਸਵਾਲ ਕੀ ਹੈ? ਦੇਖੋ ਮੈਂ ਇੱਕ ਬੇਨਤੀ ਕਰਦਾ, ਇੱਕ ਮਿੰਟ, ਦੇਖੋ ਤੁਹਾਡਾ ਹੱਕ ਹੈ, ਤੁਸੀਂ ਯਾਰ ਸਾਡੇ ਨਾਲੋਂ ਵੱਡਾ, ਮੈਂ ਪਹਿਲੇ ਕਹਿ ਦਿੰਦਾ ਸਾਡੇ ਨਾਲੋਂ ਵੱਡਾ ਕੰਮ ਤੁਸੀਂ ਕਰ ਰਹੇ ਹੋ, ਅਸੀਂ ਤਾਂ ਲਾੜਾ ਕਰ ਰਹੇ, ਤੁਸੀਂ ਸਾਡੀ ਲਾੜਾ ਨੂੰ ਵਰਲਡ 'ਚ ਪਹੁੰਚਾ ਰਹੇ ਹੋ, ਤੁਹਾਡੇ ਬਿਨਾਂ ਅਸੀਂ ਕਿਸੇ ਕੰਮ ਦੇ ਨਹੀਂ, ਤੁਸੀਂ ਜਿਹੜੀ ਡਿਊਟੀ ਨਿਭਾ ਰਹੇ ਹੋ ਬਹੁਤ ਤਕੜੀ ਨਿਭਾ ਰਹੇ ਹੋ, ਉਹਨਾਂ ਥਾਵਾਂ 'ਤੇ ਤੁਸੀਂ ਜਾਂਦੇ ਹੋ ਜਿੰਨਾਂ ਥਾਵਾਂ 'ਤੇ ਅਸੀਂ ਇਹਦੇ ਪਿੱਛੇ ਰਹਿ ਜਾਂਦੇ ਹਾਂ, ਜਿੱਥੇ ਸ਼ੈਲਿੰਗ ਹੁੰਦੀ ਸੀ
ਜਿੱਥੇ ਸ਼ੈਲਿੰਗ ਹੁੰਦੀ ਸੀ ਨਹੀਂ ਯਾਰ, ਇੱਕ ਜੇ ਕੋਈ ਇੱਕ ਮੂਰਖ ਨੇ ਕਰਿਆ ਕੋਈ ਉਹਨਾਂ ਨੂੰ ਵੀ ਕਰ ਲੈਂਦੇ ਹਾਂ ਸਾ ਕੇ ਸੂਤ, ਸਾਨੂੰ ਪਤਾ ਲੈ ਲੈਂਦੇ ਹੋ, ਪੜਤਾਲ ਕਰ ਲੈਂਦੇ, ਹੋ ਸਕਦਾ ਇਹ ਵੀ ਗੱਲ ਹੋਈ। ਠੀਕ ਆ, ਅਸੀਂ ਆਈਡੈਂਟੀਫਾਈ ਕਰਾਂਗੇ, ਅਸੀਂ ਆਈਡੈਂਟੀਫਾਈ ਕਰਾਂਗੇ ਬਿਲਕੁਲ। ਹਾਂ ਕਿਉਂ ਨੀ, ਲੈਣ ਜਾਵਾਂਗੇ, ਲੈਣ ਜਾਵਾਂਗੇ। ਜਸਕਰਨ ਜੀ ਬਰੀਫ ਕਰ ਰਹੇ, ਇੱਕ ਮਿੰਟ ਲਈ ਜਸਕਰਨ ਸਰ ਐਡੀ ਸਾਹਿਬ ਜੀ ਬਰੀਫ ਕਰ ਰਹੇ ਜੀ। ਹੁਣੇ ਇੱਥੇ ਕਿਉਂਕਿ ਇਸ ਤਰ੍ਹਾਂ ਮੀਟਿੰਗ ਕਰ ਰਹੇ ਸੀਗੇ, ਇਸ਼ੂਜ਼ 'ਤੇ ਮੀਟਿੰਗ ਹੋਰ ਸਾਰੇ 'ਤੇ। ਦੇਖੋ ਕਿਸਾਨ ਯੂਨੀਅਨ ਨਾਲ ਜਿਹੜੀ ਅਸੀਂ ਮੀਟਿੰਗ ਕਰ ਰਹੇ ਸੀਗੇ, ਜਿਹੜਾ ਇਹਨਾਂ ਦਾ ਉਹ ਸੀਗਾ, ਅਤੇ ਹੁਣੇ ਦੱਸਿਆ ਕਿ ਕੋਈ ਇਹੋ ਜਿਹਾ ਮਸਲਾ ਹੋਇਆ। ਸੋ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ, ਇਹਦਾ ਤਾਂ ਅਸੀਂ ਬਿਲਕੁਲ ਧਿਆਨ ਰੱਖਾਂਗੇ। ਇਸੇ ਗੱਲ ਦੇ ਉੱਤੇ ਹੀ ਅਸੀਂ ਇਹਨਾਂ ਨਾਲ ਗੱਲ ਕਰ ਰਹੇ ਸੀਗੇ ਕਿ ਜਿਹੜਾ ਅਨੁਸ਼ਾਸਨ ਵੀ ਰੱਖਣਾ ਪਏਗਾ, ਔਰ ਜਿਹੜਾ ਤੁਹਾਡਾ ਇਹ ਇੱਥੇ ਜਿਹੜਾ ਪ੍ਰਦਰਸ਼ਨ ਚੱਲਦਾ, ਉਹਨਾਂ ਨੂੰ ਇਹ ਕਾਫੀ ਕੰਟਰੋਲ ਵੀ ਕਰ ਰਿਹਾ, ਔਰ ਅਸੀਂ ਇਨਸ਼ੋਰ ਕਰਦੇ ਹਾਂ ਕਿ ਇਹ ਜਿਹੜਾ ਹੈ ਬੜਾ ਪੀਸਫੁਲ ਹੋਵੇ। ਔਰ ਦੇਖੋ ਇਸ ਚੀਜ਼ ਦੇ ਵਿੱਚ ਹੁਣੇ ਜਿਹੜੀ ਚੀਜ਼ ਆਪਣੇ ਸਾਹਮਣੇ ਆਈ ਹੈ, ਸੋ ਮੈਨੂੰ ਹੁਣੇ ਦੱਸਿਆ, ਅਸੀਂ ਇਹਨਾਂ ਨੂੰ ਇਨਸ਼ੋਰ ਕਰਦੇ ਹਾਂ ਕਿ ਇਹ ਬਿਲਕੁਲ ਪੀਸਫੁਲ ਹੋਏਗਾ ਔਰ ਸਾਰਾ ਸਿਸਟਮ ਹੋਏਗਾ। ਅਸੀਂ ਸਾਰੀਆਂ ਚੀਜ਼ਾਂ ਨੇ ਪਹਿਲੀ ਦੇਖ ਲਾਂ, ਔਰ ਮੈਂ ਮੈਂ ਇਸ ਮੌਕੇ ਤੇ ਪੰਜਾਬ ਦੀ ਟੈਰੀਟਰੀ ਜਿਹੜੀ ਆ ਯੂਜ਼ ਕੀਤੀ ਜਾ ਰਹੀ ਹੈ ਫਰਮ ਦਾ ਅਨਦਰ ਸਟੇਟ, ਕੋਈ ਗੱਲ ਕਰ ਲੈ, ਸੋ ਇਹਦੀ ਕੀ ਜਸਟੀਫਿਕੇਸ਼ਨ? ਉਹ ਅਸੀਂ ਦੇਖ ਰਹੇ ਹਾਂ ਸਾਰੇ ਇਹਨਾਂ ਨਾਲ ਗੱਲ ਹੋਈ ਔਰ ਉਹਦੇ 'ਤੇ ਸਾਰੀਆਂ ਚੀਜ਼ਾਂ ਦੇਖਦੇ ਹਾਂ। ਇਸ ਮੌਕੇ 'ਤੇ ਮੈਂ ਇਹੀ ਕਹਾਂਗਾ ਕਿ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਆ ਔਰ ਇਨਸ਼ੋਰ ਕਰਦੇ ਹਾਂ ਕਿ ਇਹ ਜਿਹੜਾ ਪ੍ਰਦਰਸ਼ਨ ਵੀ ਹੈ ਜੋ ਵੀ ਹੈ ਇਹ ਪੀਸਫੁਲ ਰਹੇ, ਔਰ ਸਾਰੇ ਆਸਪੈਕਟਸ ਜਿਹੜੇ ਹੈ, ਔਰ ਇਹਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਅਨੁਸ਼ਾਸਨ 'ਚ ਰਹਿਣ, ਤਾਂ ਕਿ ਕੋਈ ਇਹੋ ਜਿਹੀ ਅਨਸੁਖਾਵਣੀ ਜਿਹੜੀ ਉਹ ਘਟਨਾ ਹੋ। ਤੁਸੀਂ ਅੱਗੇ ਫੋਲੋ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਦੇਖ ਲੈਂਦੇ, ਇਹਨਾਂ ਦੀ ਪੀਸੀ ਆਪਾਂ ਜਿਹੜੀ ਆ ਦੇਖ ਲਾਂ। ਸਰ ਭੀੜ ਦਾ ਹਿੱਸਾ ਤਾਂ ਨਹੀਂ ਬਣਾਇਆ ਜਾਊਗਾ, ਕਰਾਊਡ ਦਾ ਨਾਂ ਤਾਂ ਨਹੀਂ ਦਿੱਤਾ ਜਾਊਗਾ? ਨਹੀਂ ਨਹੀਂ, ਚਲੋ ਆਇਡੈਂਟੀਫਾਈ ਕਰਾਂਗੇ। ਇੱਕ ਮਿੰਟ ਮੈਂ ਦੱਸਦਾ, ਅਸੀਂ ਨਾ ਇੱਕ ਮਿੰਟ ਲੱਭ ਰਹੇ ਹਾਂ ਯਾਰ, ਘਬਰਾ ਨਾ ਤੂੰ, ਅਸੀਂ ਇਹਨੂੰ ਦੇਖੋ, ਮਾੜਾ ਜਿਹਾ ਬੰਦਾ ਸਾਡੇ ਸਾਹਮਣੇ ਆ ਗਿਆ ਨਾ,
ਬੇਟੇ ਮੇਰੀ ਗੱਲ ਤਾਂ ਸੁਣ ਲਓ, ਮੈਂ ਕਹਿੰਦਾ ਬੰਦਾ ਸਾਡੇ ਕੋਲ ਹੁਣ ਇੱਥੇ ਆ ਬੋਲਿਆ ਤੁਹਾਨੂੰ, ਅਸੀਂ ਉਹਨੂੰ ਦੇਖ ਲਿਆ, ਅਸੀਂ ਬੜਾ ਸਾਨੂੰ ਸੰਜਮ ਨਾਲ ਤੇ ਬਹੁਤ ਬਰੀਕੀ ਨਾਲ ਗੱਲਾਂ ਵੇਖਣੀਆਂ ਪੈਣੀਆਂ। ਨਹੀਂ ਮਾਫੀ ਨਹੀਂ, ਮਾਫੀ ਨਹੀਂ, ਚਲੋ ਮੈਂ ਇੱਕ ਮਿੰਟ ਮੈਂ ਬੇਨਤੀ ਕਰਦਾ, ਹੁਣ ਮੇਰੀ ਅਰਜ਼ ਸੁਣੇ ਧਿਆਨ ਨਾਲ। ਅਸੀਂ ਲੜਾਈ ਲੜ ਰਹੇ ਹਾਂ, ਬੜੀ ਤਰ੍ਹਾਂ ਦੇ ਬੰਦੇ ਸਾਡੇ ਮੋਰਚੇ ਦੇ ਵਿੱਚ ਆਉਣਗੇ, ਉਹਦੇ ਵਾਸਤੇ ਅਸੀਂ ਵਲੰਟੀਅਰਾਂ ਦੇ ਉੱਤੇ ਹੋਰ ਜ਼ੋਰ ਦਿੰਦੇ ਹਾਂ ਕਿ ਭਾਈ ਹਰ ਇੱਕ ਟਰਾਲੀ ਦੇ ਉੱਤੇ ਆਪਦਾ ਵਲੰਟੀਅਰ ਫਿੱਟ ਕਰੋ, ਕੋਈ ਬੰਦਾ ਗਲਤ ਸਾਡੇ ਵਿੱਚ ਗੜਬੜ ਨਾ ਕਰੇ। ਤੁਹਾ ਸਾਡੇ ਮੋਰਚੇ ਨੂੰ ਤੁਸੀਂ ਚੱਕ ਰਹੇ ਹੋ, ਤੁਹਾਡੇ ਦੇ ਵਾਰ ਕੋਈ ਕਰੇ ਆ ਕੇ ਤੁਹਾਡੇ ਨਾਲ ਗੜਬੜ ਕਰੇ। ਕਮੇਟੀ ਦਾ ਐਲਾਨ ਕਦੋਂ ਐਲਾਨ ਹੀ ਆ ਸਮਝੋ। ਆ ਠੀਕ ਆ, ਇਹ ਠੀਕ ਆ, ਨਹੀਂ 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 ਚਲੋ ਬੇਨਤੀ ਕਰਨਾ, ਸੁਣੋ ਮੇਰੀ ਗੱਲ, ਅਗਰ ਤੁਹਾਨੂੰ ਇਹ ਲੱਗਦਾ ਕਮੇਟੀ ਕਿੱਡੀ ਔਖੀ ਹੈ, ਆ ਦਿਓ ਆਪਦੇ ਦੋ ਮੁੰਡੇ ਤੁਸੀਂ ਸਾਨੂੰ, ਅਸੀਂ ਤਿੰਨ ਮੁੰਡੇ ਇਹ ਸਗੋਂ ਕਮੇਟੀ ਬਣਾ ਲੈਣੇ ਆ। ਹਾਂ ਠੀਕ, ਇਹ ਕਿਹੜਾ ਦਿੱਕਤ ਹੈ? ਨਹੀਂ ਨਹੀਂ ਕਰਦੇ ਯਾਰ, ਨਹੀਂ ਆਪਾਂ ਸਟੇਜ ਤੋਂ ਬੁਲਾ ਦਾਂਗੇ ਯਾਰ ਪੱਤਰਕਾਰ ਹੈ ਸਾਡੇ ਕੋਲ, ਤੁਸੀਂ ਹਾਂ ਇੰਟੈਂਟੀ ਕਰਾ ਦਾਂਗੇ। ਅਸੀਂ ਤੁਹਾਡੇ ਬਾਰੇ ਹੋਰ ਕਰ ਦਿੰਦੇ ਹਾਂ, ਅਸੀਂ ਇੱਥੇ ਸਾਡੇ ਫੋਰਮ ਵੱਲੋਂ ਕੱਲ੍ਹ ਨੂੰ ਇੱਕ ਬਣਾ ਲੈਂਦੇ ਹਾਂ ਆਡੈਂਟੀ ਕਾਰਡ, ਉਹ ਤੁਹਾਨੂੰ ਸਾਰਿਆਂ ਨੂੰ ਉਹ ਦੇ ਦਿੰਦੇ ਹਾਂ। ਅਸੀਂ ਹੁਣ ਬੋਲ ਦਿਆਂਗੇ ਕਿ ਵੀ ਆਹ ਆਡੈਂਟੀ ਕਾਰਡ ਜਿਹੜੇ ਮੁੰਡੇ ਕੋਲ ਵੀ ਹੈਗਾ, ਜਿਹੜੀ ਕੁੜੀ ਕੋਲ ਹੈਗਾ, ਉਹਨੂੰ ਕੋਈ ਬੰਦਾ ਉਂਗਲ ਤੱਕ ਉਹ ਕਰ ਤੱਕ ਨਹੀਂ ਦੂਗਾ। ਠੀਕ ਹੈ, ਤਰੀਕਾ ਲੱਭ ਗਿਆ, ਇਹ ਕਰ ਲੈਂਦੇ ਹਾਂ, ਕਿਉਂਕਿ ਅਸੀਂ ਜੋ ਕਰ ਸਕਦੇ ਅਸੀਂ ਤਾਂ ਕਰਾਂਗੇ, ਅਸੀਂ ਤੁਹਾਡੀ ਸੇਫਟੀ ਲਈ ਸਾਨੂੰ ਕਿਉਂ ਕਰਾਂ, ਅਸੀਂ ਹੁਣੇ ਹੀ ਇਹ ਕੰਮ ਜਾਰੀ ਕਰਵਾ ਦਿੰਦੇ ਹਾਂ। ਇਹ ਬਣਾਓ ਭਾਈ, ਧੰਨਵਾਦ ਤੁਹਾਡਾ ਸਾਰਿਆਂ ਦਾ। ਸਾਡੀ ਜਿਹੜੀ ਮੀਟਿੰਗ ਕਰ ਰਹੇ ਸੀਗੇ ਇਸ਼ੂਜ਼ ਤੇ ਮੀਟਿੰਗ ਹੋਰ ਸਾਰੇ ਤੇ, ਦੇਖੋ ਕਿਸਾਨ ਯੂਨੀਅਨ ਨਾਲ ਜਿਹੜੀ ਅਸੀਂ ਮੀਟਿੰਗ ਕਰ ਰਹੇ ਸੀਗੇ ਜੋੜਾ ਇਹਨਾਂ ਦਾ ਉਹ ਸੀਗਾ, ਅਤੇ ਹੁਣੇ ਦੱਸਿਆ ਕਿ ਕੋਈ ਇਹੋ ਜਿਹਾ ਮਸਲਾ ਹੋਇਆ, ਸੋ ਮੈਂ ਇਹ ਸਾਰਿਆਂ ਨੂੰ ਅਪੀਲ ਕਰਾਂਗਾ, ਇਹਦਾ ਤਾਂ ਅਸੀਂ ਬਿਲਕੁਲ ਧਿਆਨ ਰੱਖਾਂਗੇ। ਇਸੇ ਗੱਲ ਦੇ ਉੱਤੇ ਹੀ ਅਸੀਂ ਇਹਨਾਂ ਨਾਲ ਗੱਲ ਕਰ ਰਹੇ ਸੀਗੇ ਕਿ ਜਿਹੜਾ ਅਨੁਸ਼ਾਸਨ ਵੀ ਰੱਖਣਾ ਪਏਗਾ, ਔਰ ਜਿਹੜਾ ਤੁਹਾਡਾ ਇਹ ਇੱਥੇ ਜਿਹੜਾ ਪ੍ਰਦਰਸ਼ਨ ਚੱਲਦਾ ਉਹਨਾਂ ਨੂੰ ਇਹ ਕਾਫੀ ਕੰਟਰੋਲ ਵੀ ਕਰ ਰਿਹਾ, ਔਰ ਅਸੀਂ ਇਨਸ਼ੋਰ ਕਰਦੇ ਹਾਂ ਕਿ ਇਹ ਜਿਹੜਾ ਹੈ ਬੜਾ ਪੀਸਫੁਲ ਹੋਵੇ। ਔਰ ਦੇਖੋ ਇਸ ਚੀਜ਼ ਦੇ ਵਿੱਚ ਹੁਣੇ ਜਿਹੜੀ ਚੀਜ਼ ਆਪਣੇ ਸਾਹਮਣੇ ਆਈ ਹੈ, ਸੋ ਮੈਨੂੰ ਹੁਣੇ ਦੱਸਿਆ, ਅਸੀਂ ਇਹਨਾਂ ਨੂੰ ਇਨਸ਼ੋਰ ਕਰਦੇ ਹਾਂ ਕਿ ਇਹ ਬਿਲਕੁਲ ਪੀਸਫੁਲ ਹੋਏਗਾ ਔਰ ਸਾਰਾ ਸਿਸਟਮ ਹੋਏਗਾ। ਅਸੀਂ ਸਾਰੀਆਂ ਚੀਜ਼ਾਂ ਨੇ ਪਹਿਲੀ ਦੇਖ ਲਾਂ, ਔਰ ਮੈਂ ਮੈਂ ਇਸ ਮੌਕੇ ਤੇ ਪੰਜਾਬ ਦੀ ਟੈਰੀਟਰੀ ਜਿਹੜੀ ਆ ਯੂਜ਼ ਕੀਤੀ ਜਾ ਰਹੀ ਹੈ ਫਰਮ ਦਾ ਅਨਦਰ ਸਟੇਟ, ਕੋਈ ਗੱਲ ਕਰ ਲੈ, ਸੋ ਇਹਦੀ ਕੀ ਜਸਟੀਫਿਕੇਸ਼ਨ? ਉਹ ਅਸੀਂ ਦੇਖ ਰਹੇ ਹਾਂ ਸਾਰੇ ਇਹਨਾਂ ਨਾਲ ਗੱਲ ਹੋਈ ਔਰ ਉਹਦੇ 'ਤੇ ਸਾਰੀਆਂ ਚੀਜ਼ਾਂ ਦੇਖਦੇ ਹਾਂ। ਇਸ ਮੌਕੇ 'ਤੇ ਮੈਂ ਇਹੀ ਕਹਾਂਗਾ ਕਿ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਆ ਔਰ ਇਨਸ਼ੋਰ ਕਰਦੇ ਹਾਂ ਕਿ ਇਹ ਜਿਹੜਾ ਪ੍ਰਦਰਸ਼ਨ ਵੀ ਹੈ ਜੋ ਵੀ ਹੈ ਇਹ ਪੀਸਫੁਲ ਰਹੇ ਔਰ ਸਾਰੇ ਆਸਪੈਕਟ ਜਿਹੜੇ ਹੈ, ਔਰ ਇਹਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਅਨੁਸ਼ਾਸਨ 'ਚ ਰਹਿਣ ਤਾਂ ਕਿ ਕੋਈ ਇਹੋ ਜਿਹੀ ਜਿਹੜੀ ਅਨਸੁਖਾਵਣੀ ਜਿਹੜੀ ਹੈ ਘਟਨਾ ਹੋਵੇ।
ਤੁਸੀਂ ਅੱਗੇ ਫੋਲੋ ਕਰੋ। ਜਿਨ੍ਹਾਂ ਨੇ ਅਟੈਕ ਕੀਤੇ ਸਾਡੇ ਸਾਥੀ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਦੇਖ ਲੈਣਾ, ਇਹਨਾਂ ਦੀ ਪੀਸੀ ਆਪਾਂ ਜਿਹੜੀ ਆ ਦੇਖ ਲਈ। ਸਰ ਭੀੜ ਦਾ ਹਿੱਸਾ ਤਾਂ ਨਹੀਂ ਬਣਾਇਆ ਜਾਊਗਾ, ਕਰਾਊਡ ਦੇ ਦਾ ਨਾਂ ਤਾਂ ਨਹੀਂ ਦਿੱਤਾ ਜਾਊਗਾ? ਨਹੀਂ ਨਹੀਂ, ਚਲੋ ਆਈਡੈਂਟੀਫਾਈ ਕਰਾਂਗੇ। ਇੱਕ ਮਿੰਟ ਮੈਂ ਦੱਸਦਾ, ਅਸੀਂ ਨਾ ਇੱਕ ਮਿੰਟ ਲੱਭ ਰਹੇ ਹਾਂ ਯਾਰ, ਘਬਰਾ ਨਾ ਤੂੰ। ਅਸੀਂ ਇਹਨੂੰ ਦੇਖੋ, ਮਾੜਾ ਜਿਹਾ ਬੰਦਾ ਸਾਡੇ ਸਾਹਮਣੇ ਆ ਗਿਆ ਨਾ, ਬੇਟੇ ਮੇਰੀ ਗੱਲ ਤਾਂ ਸੁਣ ਲਓ। ਮੈਂ ਕਹਿੰਦਾ ਬੰਦਾ ਸਾਡੇ ਕੋਲ ਹੁਣ ਇੱਥੇ ਆ ਬੋਲਿਆ ਤੁਹਾਨੂੰ, ਅਸੀਂ ਉਹਨੂੰ ਦੇਖ ਲਿਆ, ਅਸੀਂ ਬੜਾ ਸਾਨੂੰ ਸੰਜਮ ਨਾਲ ਅਤੇ ਬਹੁਤ ਬਰੀਕੀ ਨਾਲ ਗੱਲਾਂ ਵੇਖਣੀਆਂ ਪੈਣੀਆਂ। ਨਹੀਂ ਮਾਫ਼ੀ ਨਹੀਂ, ਮਾਫ਼ੀ ਨਹੀਂ। ਚਲੋ ਮੈਂ ਇੱਕ ਮਿੰਟ ਮੈਂ ਬੇਨਤੀ ਕਰਦਾ, ਹੁਣ ਮੇਰੀ ਅਰਜ਼ੀ ਸੁਣੇ ਧਿਆਨ ਨਾਲ। ਅਸੀਂ ਲੜਾਈ ਲੜ ਰਹੇ ਹਾਂ, ਬੜੀ ਤਰ੍ਹਾਂ ਦੇ ਬੰਦੇ ਸਾਡੇ ਮੋਰਚੇ ਦੇ ਵਿੱਚ ਆਉਣਗੇ, ਉਹਦੇ ਵਾਸਤੇ ਅਸੀਂ ਵਲੰਟੀਅਰਾਂ ਦੇ ਉੱਤੇ ਹੋਰ ਜ਼ੋਰ ਦਿੰਦੇ ਹਾਂ ਕਿ ਭਾਈ ਹਰ ਇੱਕ ਟਰਾਲੀ ਦੇ ਉੱਤੇ ਆਪਦਾ ਵਲੰਟੀਅਰ ਫਿੱਟ ਕਰੋ, ਕੋਈ ਬੰਦਾ ਗਲਤ ਸਾਡੇ ਵਿੱਚ ਗੜਬੜ ਨਾ ਕਰੇ। ਤੁਹਾ ਸਾਡੇ ਮੋਰਚੇ ਨੂੰ ਤੁਸੀਂ ਚੱਕ ਰਹੇ ਹੋ, ਤੁਹਾਡੇ ਦੇ ਵਾਰ ਕੋਈ ਕਰੇ ਆ ਕੇ ਤੁਹਾਡੇ ਨਾਲ ਗੜਬੜ ਕਰੇ। ਕਮੇਟੀ ਦਾ ਐਲਾਨ ਕਦੋਂ? ਐਲਾਨ ਹੀ ਆ, ਸਮਝੋ। ਆ ਠੀਕ ਆ, ਇਹ ਠੀਕ ਆ। ਨਹੀਂ ਨਹੀਂ ਨਹੀਂ, ਚਲੋ ਇੱਕ ਮਿੰਟ। ਜਿਹੜੀ ਤੁਸੀਂ ਕਮੇਟੀ ਬਣਾ ਰਹੇ ਹੋ, ਜਿਹਨਾਂ ਕਮੇਟੀਆਂ ਦਾ ਤੁਸੀਂ ਜ਼ਿਕਰ ਕਰਦੇ ਹੋ, ਉਹ ਹਾਲ ਲਾਉਂਗੇ ਵੀ ਐਮਐਸਪੀ ਵਾਲੀ? ਮੈਂ ਇਹੀ ਮੈਂ ਬੇਨਤੀ ਕਰਨਾ, ਸੁਣੋ ਮੇਰੀ ਗੱਲ। ਅਗਰ ਤੁਹਾਨੂੰ ਇਹ ਲੱਗਦਾ ਕਮੇਟੀ ਕਿੱਡੀ ਔਖੀ ਹੈ, ਆ ਦਿਓ ਆਪਦੇ ਦੋ ਮੁੰਡੇ ਤੁਸੀਂ ਸਾਨੂੰ, ਅਸੀਂ ਤਿੰਨ ਮੁੰਡੇ ਇਹ ਸਗੋਂ ਕਮੇਟੀ ਬਣਾ ਲੈਣੇ ਆ। ਹਾਂ ਠੀਕ, ਇਹ ਕਿਹੜਾ ਦਿੱਕਤ ਹੈ? ਨਹੀਂ ਨਹੀਂ ਨਹੀਂ, ਸੱਤਰ ਲਾ ਦੇਣਾ ਵੀ ਉਹਦੇ ਕੋਈ ਥੱਪੜ ਨਹੀਂ ਮਾਰੂ। ਨਹੀਂ ਨਹੀਂ ਕਰਦੇ ਯਾਰ, ਨਹੀਂ ਆਪਾਂ ਸਟੇਜ ਤੋਂ ਬੁਲਾਦਾ ਗਿਆ ਪੱਤਰਕਾਰ ਹੈ ਸਾਡੇ ਕੋਲ, ਤੁਸੀਂ ਹਾਂ ਇੰਟੈਂਟੀ ਕਰਾ ਦਾਂਗੇ। ਅਸੀਂ ਤੁਹਾਡੇ ਬਾਰੇ ਹੋਰ ਕਰ ਦਿੰਦੇ ਹਾਂ, ਅਸੀਂ ਇੱਥੇ ਸਾਡੇ ਫੋਰਮ ਵੱਲੋਂ ਕੱਲ੍ਹ ਨੂੰ ਇੱਕ ਬਣਾ ਲੈਂਦੇ ਹਾਂ ਆਈਡੈਂਟੀ ਕਾਰਡ, ਉਹ ਤੁਹਾਨੂੰ ਸਾਰਿਆਂ ਨੂੰ ਉਹ ਦੇ ਦਿੰਦੇ ਹਾਂ। ਅਸੀਂ ਹੁਣ ਬੋਲ ਦਿਆਂਗੇ ਕਿ ਵੀ ਆਹ ਆਈਡੈਂਟੀ ਕਾਰਡ ਜਿਹੜੇ ਮੁੰਡੇ ਕੋਲੇ ਵੀ ਹੈਗਾ, ਜਿਹੜੀ ਕੁੜੀ ਕੋਲੇ ਹੈਗਾ, ਉਹਨੂੰ ਕੋਈ ਬੰਦਾ ਉਂਗਲ ਤੱਕ ਉਹ ਕਰ ਤੱਕ ਨਹੀਂ ਦੂਗਾ। ਠੀਕ ਹੈ, ਤਰੀਕਾ ਲੱਭ ਗਿਆ, ਇਹ ਕਰ ਲੈਂਦੇ ਹਾਂ, ਕਿਉਂਕਿ ਅਸੀਂ ਜੋ ਕਰ ਸਕਦੇ ਅਸੀਂ ਤਾਂ ਕਰਾਂਗੇ। ਅਸੀਂ ਤੁਹਾਡੀ ਸੇਫਟੀ ਲਈ ਸਾਨੂੰ ਕਿਉਂ ਕਰਾਂਗੇ? ਅਸੀਂ ਹੁਣੇ ਹੀ ਇਹ ਕੰਮ ਜਾਰੀ ਕਰਵਾ ਦਿੰਦੇ ਹਾਂ ਤੇ ਬਣਾਓ ਭਾਈ। ਧੰਨਵਾਦ ਤੁਹਾਡਾ ਸਾਰਿਆਂ ਦਾ, ਸਾਡੀ ਜਿਹੜੀ ਬੇਨਤੀ।